ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਦਾ ਆਪਣਾ ਜਿਹੜਾ ਵਿਸ਼ਾ ਜੀ ਪ੍ਰੋਫੈਸਰ ਪੂਰਨ ਸਿੰਘ ਹੈ ਜੀ ਜਿਵੇਂ ਕਿ ਕੱਲ ਮੈਂ ਦੱਸ ਹੀ ਚੁੱਕਾ ਸੀ ਕਿ ਅੱਜ ਦਾ ਵਿਸ਼ਾ ਪ੍ਰੋਫੈਸਰ ਪੂਰਨ ਸਿੰਘ ਹੋਵੇਗਾ ਵੈਸੇ ਜਿਹੜਾ ਸੈਕਿੰਡ ਨੰਬਰ ਤੇ ਦਿੱਤਾ ਹੋਇਆ ਧਨੀਰਾਮ ਚੌਥਰੀ ਬਟ ਕੋਈ ਗੱਲ ਨਹੀਂ ਕੱਲ ਦੀ ਦੱਸੇ ਅਕੋਰਡਿੰਗ ਮੈਂ ਫਿਰ ਜਿਹੜਾ ਦੱਸਿਆ ਉਹੀ ਤਿਆਰ ਕਰਿਆ ਜੀ ਠੀਕ ਹੈ ਜੀ ਸੋ ਜਲਦੀ ਤੋਂ ਜਲਦੀ ਪਹੁੰਚੋ ਜੀ ਸਾਰੇ ਫਟਾਫਟ ਲਿੰਕ ਨੂੰ ਕਰ ਦਿਓ ਜੀ ਸ਼ੇਅਰ ਤਾਕੀ ਸਾਰੇ ਜਲਦੀ ਜਲਦੀ ਜੁਆਇਨ ਕਰ ਸਕਣ ਨਮਸਕਾਰ ਸਤਿ ਸ਼੍ਰੀ ਅਕਾਲ ਵੈਰੀ ਗੁੱਡ ਈਵਨਿੰਗ ਸਭ ਨੂੰ ਰਾਮ ਰਾਮ ਜੀ ਹਾਂਜੀ ਦੇਖੋ ਜੀ ਨੈਟਵਰਕ ਸਮੱਸਿਆ ਹੋ ਜਾਂਦੀ ਕਈ ਵਾਰੀ ਤੇ ਵੈਸੇ ਵੀ ਆਨਲਾਈਨ ਹੋਣ ਦੇ ਵਿੱਚ 2-4 ਮਿੰਟ ਲੱਗ ਜਾਂਦੇ ਆ ਸੋ ਇੰਨਾ ਕੋਪਰੇਟ ਕਰੋ ਕਲਾਸ ਨੰਬਰ 4 ਜੀ ਅੱਜ ਜਿਨ੍ਹਾਂ ਨੇ ਵੀ ਆਪਣਾ ਟੈਲੀਗ੍ਰam ਚੈਨਲ ਜੁਆਇਨ ਨਹੀਂ ਕੀਤਾ ਹੋਇਆ ਜੁਆਇਨ ਕਰ ਲੈਣ ਜੀ चैनल सबसक्राइब करके आइकन कर दबाना ना भुलनता ताकि नोटिफिकेशन तह हमेशा मिलता रहे ठीक है जी जिन्होंने भी अपना टैलीग्राम चैनल नहीं ज्वाइन किया टैलीग्राम चैनल ज्वाइन कर लाने यूट्यूब चैनल ज्वाइन नहीं किया है यूट्यूब चैनल ज्वाइन कर लें। ठीक है जी सो बिना टाइम वेस्ट किए शुरू कर दी क्लास वह जी क्वेश्चन नंबर एक दल जी लिंक नहीं है जी टैलीग्राम का जी ਐਡ ਪੰਜਾਬੀ ਤਿਆਰੀ ਸਰਚ ਕਰੋ ਜੀ ਦੇਖੋ ਮੈਂ ਇਸੇ ਕਰਕੇ ਵਾਰ-ਵਾਰ ਰਜਨਾ ਇੱਕ ਗੱਲ ਦੱਸ ਕੇ ਜੰਨਾ ਕਿ ਐਡ ਪੰਜਾਬੀ ਤਿਆਰੀ ਸਰਚ ਕਰੋ ਟੈਲੀਗ੍ਰam ਤੇ ਬੜੀ ਆਸਾਨੀ ਨਾਲ ਮਿਲ ਜਾਵੇਗਾ ਉਸ ਦਾ ਲੋਗੋ ਇਹ ਵਾਲੀ ਪਿਕਚਰ ਲੱਗੀ ਹੋਈ ਹੈ ਠੀਕ ਹੈ ਜੀ ਸੋ ਆਡੀਓ ਵੀਡੀਓ ਦੱਸੋ ਜੀ ਕਿ ਬਿਲਕੁਲ ਸਹੀ ਚੱਲ ਰਹੀ ਕਿ ਨਹੀਂ ਅੱਜ ਨੈਟਵਰਕ ਦੀ ਸਮੱਸਿਆ ਕਾਫੀ ਜ਼ਿਆਦਾ ਹੈ ਸੋ ਫਟਾਫਟ ਦੱਸੋ ਦੇਖੋ ਜੀ ਨੈਟਵਰਕ ਥੋੜਾ ਜਿਹਾ ਕੱਟ ਸ਼ੋ ਹੋ ਰਿਹਾ ਉੱਪਰ ਵੱਧਿਆਂ ਚ ਕੁਐਸਚਨ ਨੰਬਰ 1 ਦੇ ਬੀ ਕਵੈਸਚਨ ਨੰਬਰ 1 ਜੀ ਆਇਦਾ ਤੇ ਅੱਜ ਦੀ ਕਲਾਸ ਲੰਮੀ ਹੋਣ ਵਾਲੀ ਹੈ ਮੈਂ ਪਹਿਲਾਂ ਹੀ ਦੱਸ ਰਿਹਾ ਜੀ ਇਸ ਕਰਕੇ ਫਟਾਫਟ ਆਨਸਰ ਤੁਹਾਡੇ ਆਉਣੇ ਚਾਹੀਦੇ ਆ ਨੀਅਰ ਅਬਾਊਟ 60 ਪਲੱਸ ਕਵੈਸਚਨ ਹੈਗੇ ਆ ਠੀਕ ਹੈ ਜੀ 60 ਪਲੱਸ ਕਵੈਸਚਨ ਮੰਨ ਕੇ ਚੱਲੋ ਜੀ 35-40 ਮਿੰਟ ਲੱਗ ਸਕਦੇ ਆ ਜਦੋਂ ਸਪੀਡ ਨਾਲ ਆਨਸਰ ਕਰੋਗੇ ਉਦੋਂ ਪਹਿਲਾ ਕਵੈਸਚਨ ਹੈ ਜੀ ਪੂਰਨ ਸਿੰਘ ਦਾ ਜਨਮ ਕਦੋਂ ਹੋਇਆ ਆਪਸ਼ਨ ਏ ਹੈ ਜੀ 17 ਫਰਵਰੀ 1881 ਬੀ 17 ਫਰਵਰੀ 1881 ਸੀ ਐਮ ਦੋ ਹੋ ਗਏ ਸੋਰੀ ਜਨਵਰੀ ਹੈ ਫਸਟ 17 ਜਨਵਰੀ 1881 ਬੀ 17 ਫਰਵਰੀ 1881 ਸੀ 17 ਨਵੰਬਰ 1881 ਤੇ ਡੀ ਹੈ 17 ਦਸੰਬਰ 1881 ਸਬਦ ਅਨਸਰ ਬੀ ਆਪਸ਼ਨ ਆਇਆ ਜੀ 17 ਫਰਵਰੀ 1881 ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 2 ਦੇ ਬਲਵੱਦ ਦੇ ਜੀ 2 ਨੰਬਰ ਲੰਬੀ ਤੇ ਵਰਤੰਤਕ ਹਮ ਤੱਕ ਕਿਹੜੀ ਹੈ ਆਪਸ਼ਨ ਹੈ ਦੇਸ਼ ਪਿਆਰ ਪੰਜਾਬ ਮੇਰਾ ਬੀ ਚਨਾ ਦੀਆਂ ਲਹਿਰਾਂ ਸੀ ਪੂਰਨ ਨਾਥ ਜੋਗੀ ਡੀ ਮੈਂ ਤੇ ਉਹ ਫਟਾਫਟ ਆਨਸਰ ਕਰੋ ਕੁਐਸਚਨ ਨੰਬਰ 1 2 ਕੁਐਸਚਨ ਨੰਬਰ 2 ਇੱਕ ਦੇ ਲਈ ਬੀ ਆਪਸ਼ਨ ਬਿਲਕੁਲ ਸਹੀ ਹੈ ਜੀ ਦੋ ਦੇ ਲਈ ਸੀ ਆਪਸ਼ਨ ਚੁਣਿਆ ਜਾ ਰਿਹਾ ਜੀ ਪੂਰਨ ਨਾਥ ਜੋਗੀ ਬਿਲਕੁਲ கரੈਕਟ ਆਨਸਰ ਪੂਰਨ ਨਾਥ ਜੋਗੀ ਕੁਐਸਚਨ ਨੰਬਰ 3 ਹੈ ਜੀ ਆਪਣੇ ਕੋਲ ਪੂਰਨ ਸਿੰਘ ਨੇ ਕਿਹੜੀ ਪత్రిక ਸ਼ੁਰੂ ਕੀਤੀ ਹੈ ਆਪਸ਼ਨ A ਅਕਾਲੀ B ਗੁਰਦੀ ਪ੍ਰਵਾਹ C ਸਮਾਯ ਦੀਵਾਲ D ਲਿਖਾਰੀ ਸਹੀ ਆਨਸਰ ਕੁਐਸਚਨ ਨੰਬਰ 3 ਦੇ ਲਈ ਕਰੋ ਜੀ ਹਾਂਜੀ ਕਿਹੜੀ ਪੱਤਰਕਾ ਸ਼ੁਰੂ ਕੀਤੀ ਬੀ ਆਪਸ਼ਨ ਆਨਸਰ ਗਰਜ ਦੀ প্রভਾਤ ਆ ਰਿਹਾ ਜੀ ਸੀ ਵੀ ਆ ਚੁੱਕਾ ਹੈ ਜਿਹੜੇ ਜਿਹੜੇ ਵੀ ਆਨਸਰ ਕਰ ਰਹੇ ਨੇ ਬੀ ਆਪਸ਼ਨ ਗਰਜ ਦੀ প্রভਾਤ ਬਿਲਕੁਲ ਸਹੀ ਹੈ ਜੀ ਬੀ ਆਪਸ਼ਨ ਕੁਐਸਚਨ ਨੰਬਰ 4 4 ਨੰਬਰ ਹੈ ਜੀ ਪੂਰਨ ਸਿੰਘ ਨੇ ਪੂਰਨ ਸਿੰਘ ਤੇ ਮੁੱਖ ਤੌਰ ਤੇ ਕਿਸ ਦਾ ਪ੍ਰਭਾਵ ਸੀ ਆਪਸ਼ਨ ਹੈ ਜான் ਡਰਾਇਡਨ ਬੀ ਥਾਮਸ ਆਰਡੀ ਸੀ ਟੋਲਸਟਾਈ ਟੈਕਾ ਪੈਨੋਸੀ ਬਾਈ ਮਿਸਟੇਕ ਹੋ ਗਿਆ ਤੇ ਡੀ ਐਜੀ ਵੋਲਟ ਵਿਟਮਨ கரੈਕਟ ਆਨਸਰ ਕੁਐਸਚਨ ਨੰਬਰ 4 ਚਲਿ ਕਰੋ ਜੀ 4 ਦਾ ਆਨਸਰ ਆ ਰਿਹਾ ਜੀ ਡੀ ਆਪਸ਼ਨ ਵੋਲਟ ਵਿਟਮਨ ਮੁੱਖ ਤੌਰ ਤੇ ਵੋਲਟ ਵਿਟਮਨ ਦਾ ਪ੍ਰਭਾਵ ਪਿਆ ਠੀਕ ਹੈ ਜੀ ਬਿਲਕੁਲ ਡੀ ਆਪਸ਼ਨ ਕੁਐਸਚਨ ਨੰਬਰ 5 ਪੂਰਨ ਸਿੰਘ ਨੇ ਪੜਾਈ ਕਿੱਥੋਂ ਤੱਕ ਕੀਤੀ ਸੀ ਸਿੱਖਿਆ ਕਿੰਨੀ ਸੀ ਆਪਸ਼ਨ A 10ਵੀਂ B 12ਵੀਂ C ਗ੍ਰੈਜੂਏਸ਼ਨ ਤੇ D ਮਾਸਟਰ ਡਿਗਰੀ ਵੈਸੇ ਰੇਅਰ ਚਾਂਸ ਹੈ ਜੀ ਇਸ ਤਰ੍ਹਾਂ ਦੇ ਕੁਐਸਚਨ ਪੁੱਛੇ ਜਾਂਦੇ ਹਨ ਬਟ ਫਿਰ ਵੀ ਇਨਫੋਰਮੇਸ਼ਨ ਦੇ ਲਈ ਤਨੂੰ ਜਰੂਰ ਪਤਾ ਹੋਣਾ ਚਾਹੀਦਾ ਹੈ ਇਹਨਾਂ ਚੀਜ਼ਾਂ ਦੇ ਬਾਰੇ ਡੀ ਆਪਸ਼ਨ ਮਾਸਟਰ ਡਿਗਰੀ ਠੀਕ ਹੈ ਜੀ ਬਿਲਕੁਲ ਕਾफी ਪੜੇ ਲਿਖੇ ਸਨ ਪ੍ਰੋਫੈਸਰ ਪੂਰਨ ਸਿੰਘ ਕੋ ਕਵੈਸਚਨ ਨੰਬਰ 6 6 ਨੰਬਰ ਹੈ ਜੀ ਜਪਾਨ ਵਿੱਚ ਕਿਸ ਤੋਂ ਪ੍ਰਭਾਵਿਤ ਹੋਏ ਪ੍ਰੋਫੈਸਰ ਪੂਰਨ ਸਿੰਘ ਜਪਾਨ ਵਿੱਚ ਕਿਸ ਤੋਂ ਪ੍ਰਭਾਵਿਤ ਹੋਏ ਆਪਸ਼ਨ ਏ RAM TEERTH ਬੀ RAM RATAN ਸੀ RAM GOPAL ਤੇ ਡੀ RAM CHANDRA ਸਹੀ ਆਨਸਰ 6 ਨੰਬਰ ਦੇ ਲਈ ਕਰੋ ਜੀ ਹਾਂਜੀ 6 ਦੇ ਲਈ ਏ ਮੋਸਟਲੀ ਲਗਭਗ ਏ ਆਪਸ਼ਨ ਦੇ ਵੱਲ ਹੀ ਸਾਰੇ ਜਾ ਰਹੇ ਨੇ ਸੋ ਬਿਲਕੁਲ கரੈਕਟ ਹੈ ਜੀ ਜਿਨਾਂ ਨੇ ਵੀ ਏ ਆਪਸ਼ਨ ਚੁਣਿਆ ਲਗਭਗ ਸਭ ਦਾ ਹੀ ਸਹੀ ਹੈ ਕੁਐਸਚਨ ਨੰਬਰ 7 ਪੂਰਨ ਸਿੰਘ ਦੇ ਪਿਤਾ ਜੀ ਕੀ ਕੰਮ ਕਰਦੇ ਸਨ ਆਪਸ਼ਨ ਏ ਦੁਕਾਨਦਾਰ ਬੀ ਮਜ਼ਦੂਰ ਸੀ ਕਵੀ ਡੀ ਆਫਕਾਰੀ ਵਿਭਾਗ ਵਿੱਚ ਨੌਕਰੀ ਕੁਐਸਚਨ ਨੰਬਰ 7 ਦੇ ਲਈ கரੈਕਟ ਆਨਸਰ ਚੁਣੋ ਪੂਰਨ ਸਿੰਘ ਦੇ ਪਿਤਾ ਜੀ ਕੀ ਕੰਮ ਕਰਦੇ ਸਨ 7 ਦੇ ਲਈ ਡੀ ਆਪਸ਼ਨ ਆ ਰਿਹਾ ਜੀ ਆਫਕਾਰੀ ਵਿਭਾਗ ਦੇ ਵਿੱਚ ਨੌਕਰੀ ਸੋ ਬਿਲਕੁਲ ਸਹੀ ਹੈ ਜੀ ਕਿਤੇ ਕਿਤੇ ਪਟਵਾਰੀ ਵੀ ਮਿਲਦਾ ਹੈ ਪਰ ਮੋਸਟਲੀ ਜਿਹੜਾ ਮਿਲਦਾ ਹੈ ਜੀ ਪਸ਼ਾ ਵਿਭਾਗ ਦੀ ਵੈਬਸਾਈਟ ਤੇ ਵੀ ਆਫ ਕਰੀ ਵਿਭਾਗ ਦੇ ਵਿੱਚ ਨੌਕਰੀ ਹੀ கரੈਕਟ ਆਨਸਰ ਡੀ ਰਹੇਗਾ ਕੁਐਸਚਨ ਨੰਬਰ 8 A, B, C, D, 8 ਨੰਬਰ ਹੈ ਜੀ ਪੂਰਨ ਸਿੰਘ ਨੂੰ ਡੈਸ਼ ਦਾ ਕਵੀ ਕਿਹਾ ਜਾਂਦਾ ਹੈ অপਸ਼ਨ A ਦਿਲ ਦਾ B ਵਿਰਾਸਤ ਦਾ C ਆਤਮਾ ਦਾ D ਦਰਬਾਰਾਂ ਦਾ ਸਹੀ ਆਨਸਰ ਕੁਐਸਚਨ ਨੰਬਰ 8 ਦੇ ਲਈ ਕਰੋ ਜੀ ਪੂਰਨ ਸਿੰਘ ਨੂੰ ਡੈਸ਼ ਦਾ ਕਵੀ ਕਿਹਾ ਜਾਂਦਾ ਹੈ ਆਨਸਰ ਹੋ ਰਿਹਾ ਜੀ ਸੀ অপਸ਼ਨ ਆਤਮਾ ਦਾ ਕਵੀ ਬਿਲਕੁਲ ਜੀ ਸਹੀ ਹੈ ਜੀ ਪੂਰਨ ਸਿੰਘ ਨੂੰ ਆਤਮਾ ਦਾ ਕਵੀ ਕਿਹਾ ਜਾਂਦਾ ਹੈ ਕੁਐਸਚਨ ਨੰਬਰ 9 ਪੂਰਨ ਸਿੰਘ ਨੇ ਮੌੜ ਸਿੱਖੀ ਕਦੋਂ ਗ੍ਰੈਂਡ ਕੀਤੀ ਆਪਸ਼ਨ ਏ 1912 ਬੀ 1913 ਸੀ 1914 ਡੀ 1915 ਸਹੀ ਆਨਸਰ ਕੁਐਸਚਨ ਨੰਬਰ 9 ਦੇ ਲਈ ਕਰੋ ਜੀ 9 ਨੰਬਰ ਦੇ ਲਈ ਆ ਰਿਹਾ ਜੀ ਏ ਆਪਸ਼ਨ ਲਗਭਗ ਸਭ ਦੋ ਹੀ ਏ ਆਪਸ਼ਨ ਸਭ ਦੇ ਵੱਲੋਂ ਏ ਚੁਣਿਆ ਗਿਆ ਠੀਕ ਹੈ ਜੀ ਜਿਹੜੇ ਵੀ 9 ਨੰਬਰ ਦੇ ਲਈ ਏ ਆਪਸ਼ਨ ਚੁਣ ਰਹੇ ਆ ਜੀ 1912 ਬਾਕੀ ਨੋਟ ਡਾਊਨ ਕਰਨ ਕੁਐਸਚਨ ਨੰਬਰ ਪ 10 ਦੇ ਬਲਵੱਧ ਦੇ ਜੀ ਹਾਂ ਜੀ ਕਿਤੇ ਕਿਤੇ 1911 ਵੀ ਮਿਲਦਾ ਦੋਵੇਂ ਹੀ ਯਾਦ ਰੱਖਣਾ ਅਕੋਰਡਿੰਗ ਟੂ ਜਿਹੜਾ ਆਪਸ਼ਨ ਹੈ ਉਹਦੇ ਤੁਹਾਡੇ ਆਨਸਰ ਆਵੇਗਾ ਸੋ ਬਹੁਤ ਸਾਰੇ ਕੁਐਸਚਨ ਇਸ ਤਰ੍ਹਾਂ ਦੇ ਹੁੰਦੇ ਜਿਨ੍ਹਾਂ ਦੇ ਆਪਸ਼ਨ ਦੇ ਅਨਸਾਰ ਤੁਹਾਨੂੰ ਆਨਸਰ ਕਰਨਾ ਹੁੰਦਾ ਹੈ ਕੁਐਸਚਨ ਨੰਬਰ 10 ਹੈ ਜੀ ਖੁੱਲੇ ਅਸਮਾਨੀ ਰੰਗ ਕਿਸ ਨੇ ਪ੍ਰਕਾਸ਼ਿਤ ਕਰਵਾਇਆ ਆਪਸ਼ਨ ਹੈ ਦੀਵਾਨ ਸਿੰਘ ਕਾਲੀਪਾਣੀ ਬੀ ਮਹਿੰਦਰ ਸਿੰਘ ਰੰਧਾਵਾ ਸੀ ਮੋਹਨ ਸਿੰਘ ਦੀਵਾਨਾ ਡੀ ਹਰਪ੍ਰੀਤ ਸਿੰਘ ਆਨਸਰ ਬੀ ਆ ਰਿਹਾ ਜੀ ਸਬਦਾ ਹੀ ਮਹਿੰਦਰ ਸਿੰਘ ਰੰਧਾਵਾ ਸੋ ਬਿਲਕੁਲ கரੈਕਟ ਆਨਸਰ ਹੈ ਜੀ ਮਹਿੰਦਰ ਸਿੰਘ ਰੰਦਾਵਾ ਜੀ ਨੇ ਕੁਐਸਚਨ ਨੰਬਰ 11 ਦੇ ਵੱਲ ਵੱਧਿਆ ਜੀ ਹਾਂਜੀ 1965 ਦੇ ਵਿੱਚ ਇਸਨੂੰ ਵੀ ਯਾਦ ਰੱਖਣਾ ਕੁਐਸਚਨ ਨੰਬਰ 11 ਜੀ ਪੂਰਨ ਸਿੰਘ ਦੀ ਮੌਤ ਕਿਸ ਬਿਮਾਰੀ ਕਰਕੇ ਹੋਈ ਆਪਸ਼ਨ A ਕੈਂਸਰ B ਦਿਲ ਦੀ C ਤਪਧਿਕ D ਗੁਰਦਿਆਂ ਦੀ ਸਹੀ ਆਨਸਰ ਕੁਐਸਚਨ ਨੰਬਰ 11 ਦੇ ਲਈ ਕਰੋ ਜੀ ਹਾਂਜੀ ਬਿਮਾਰੀ ਕਿਹੜੀ ਬਿਮਾਰੀ ਕਿਸ ਰੀਜ਼ਨ ਕਰਕੇ ਹੋਈ ਕਿਹੜੀ ਬਿਮਾਰੀ ਦੇ ਕਰਕੇ ਹੋਈ ਤਪ ਦੇ ਕਿ ਸੀ ਆਨਸਰ ਆ ਰਿਹਾ ਜੀ ਸਭ ਦਾ ਬੀ ਵੀ ਕਿਸੇ ਕਿਸੇ ਦਾ ਆ ਰਿਹਾ ਸੋ ਜਿਨ੍ਹਾਂ ਨੇ ਵੀ ਆਨਸਰ ਕਰਿਆ ਸੀ ਆਪਸ਼ਨ ਬਿਲਕੁਲ ਸਹੀ ਕੁਐਸਚਨ ਨੰਬਰ 12 ਖੁੱਲੇ ਕੁੰਡ ਵਿੱਚ ਕਿਹੜਾ ਰੰਗ ਪ੍ਰਦਾਨ ਹੈ ਆਪਸ਼ਨ ਏ ਰਹਾਸਵਾਦੀ ਬੀ ਰਮਾਂਸਵਾਦੀ ਸੀ ਜਜਾਰਵਾਦੀ ਡੀ ਪ੍ਰਗਤੀਵਾਦੀ ਸਹੀ ਆਨਸਰ ਕੁਐਸਚਨ ਨੰਬਰ 12 ਕਰੋ ਜੀ 12 ਨੰਬਰ ਦੇ ਲਈ ਆਨਸਰ 132 ਏ অপਸ਼ਨ ਸਬਦ ਹੀ ਆਨਸਰ ਏ ਤੇ ਬੀ ਵੀ ਆ ਰਿਹਾ ਜੀ ਮਿਕਸ ਜੇ ਆਨਸਰ ਕੀਤੇ ਜਾ ਰਹੇ ਨੇ 12 ਨੰਬਰ ਦੇ ਲਈ ਜਿਹੜੇ ਵੀ 12 ਨੰਬਰ ਦੇ ਲਈ ਏ অপਸ਼ਨ ਦੇ ਉੱਲ ਜਾ ਰਹੇ ਨੇ ਰਹਾਸਵਾਦੀ ਕੁਲੇਕੁੰਡ ਵਿੱਚ ਰਹਾਸਵਾਦੀ ਰੰਗ ਪ੍ਰਦਾਨ ਹੈ ਤੇ ਦਾਰਸ਼ਨਿਕ ਕੁਐਸਚਨ ਨੰਬਰ ਠੀਕ ਹੈ ਇਹ ਰਹਾਸਵਾਦੀ ਤੇ ਦਾਰਸ਼ਨਿਕ ਕੁਐਸਚਨ ਨੰਬਰ 13 ਹੈ ਜੀ ਕਿਹੜਾ ਸੰਗ੍ਰਹਿ ਪੂਰਨ ਸਿੰਘ ਦੀ ਹਰ ਪੱਖ ਤੋਂ ਪ੍ਰਤੀਨਿਧਤਾ ਕਰਦਾ ਹੈ অপਸ਼ਨ ਏ ਖੁੱਲੇ ਲੇਖ ਬੀ ਖੁੱਲੇ ਮੈਦਾਨ ਸੀ ਖੁੱਲੇ ਕੁੰਡ ਡੀ ਖੁੱਲੇ ਸਮਾਨੀ ਰੰਗ கரੈਕਟ ਆਨਸਰ ਕੁਐਸਚਨ ਨੰਬਰ 13 ਲਈ ਕਰੋ ਜੀ ਇੱਕ ਹੋਰ ਗੱਲ ਇਹ ਔਰਖਣਾ ਕਿ ਪ੍ਰੋਫੈਸਰ ਪੂਰਨ ਸਿੰਘ ਦੇ ਇਸ ਸੰਗ੍ਰਹਿ ਆ ਜੀ ਉਹਨਾਂ ਚ ਇੱਕ ਸ਼ਬਦ ਜਿਹੜਾ ਹੈ ਜੀ ਕਾਮਨ ਹੈ ਖੁੱਲੇ ਠੀਕ ਹੈ ਜੀ ਬੀ ਆਪਸ਼ਨ ਬੀ ਆਪਸ਼ਨ ਮਿਕਸ ਦੇ ਆਨਸਰ ਕੀਤੇ ਜਾ ਰਹੇ ਨੇ ਪ੍ਰਸ਼ਨ ਨੰਬਰ 13 ਦੇ ਲਈ ਸੋ ਜਿਹੜੇ ਵੀ 13 ਨੰਬਰ ਦੇ ਲਈ ਖੁੱਲੇ ਮਦਾਨ ਅੰਤਰ ਕਰ ਰਹੇ ਆ ਜੀ ਬਿਲਕੁਲ ਸਹੀ ਹੈ ਜੀ ਪੀ ਆਪਸ਼ਨ ਕੁਐਸਚਨ ਨੰਬਰ 14 ਦੇ ਵੱਲ ਵਧਦੇ ਆ ਜੀ ਜੀ ਸਲੋ ਹੋ ਜੰਨੇ ਆ ਪਰ ਟਾਈਮ ਬਹੁਤ ਜ਼ਿਆਦਾ ਆਪਣਾ ਵੇਸਟ ਹੋ ਰਿਹਾ ਹੈ ਨਾ ਜੀ ਕੁਐਸਚਨ ਨੰਬਰ 14 ਨਿਬੰਧਾਂ ਦਾ ਸੰਗ੍ਰਹਿ ਕਿਹੜਾ ਹੈ ਆਪਸ਼ਨ ਏ ਖੁੱਲੇ ਲੇਖ ਬੀ ਖੁੱਲੇ ਮਦਾਨ ਸੀ ਖੁੱਲੇ ਕੁੰਡ ਡੀ ਖੁੱਲੇ ਸਮਾਨੀ ਰੰਗ ਉਲਰੇਡੀ ਸਪੀਡ ਨਾਲ ਆਨਸਰ ਆ ਰਹੇ ਜੀ ਇਸ ਕਰਕੇ ਠੀਕ ਹੈ ਜੀ ਇੰਨੀ ਸਪੀਡ ਰੱਖਣੀ ਜ਼ਰੂਰੀ ਹੈ ਘੱਟੋ-ਘੱਟ 1 ਮਿੰਟ ਦੇ ਵਿੱਚ 2 ਕੁਐਸਚਨ ਤਾਂ ਆਪਣੇ ਨਿਕਲਨੇ ਚਾਹੀਦੇ ਆ 14 ਨੰਬਰ ਦੇ ਲਈ ਏ ਆਪਸ਼ਨ ਚੁਣਿਆ ਜਾ ਰਿਹਾ ਖੁੱਲੇ ਲੇਖ ਹਾਂਜੀ ਨਿਬੰਧਾਂ ਦਾ ਸੰਗ੍ਰਹਿ ਖੁੱਲੇ ਲੇਖ ਲੇਖ ਤੋਂ ਤੁਸੀਂ ਅੰਦਾਜ਼ਾ ਲਗਾਓ ਬਾਕੀ ਸਿਰਫ ਇਸ ਤੋਂ ਬਿਨਾ ਬਾਕੀ ਸਾਰੇ ਹੀ ਜਿਹੜੇ ਆ ਕਾਵ ਸੰਗ੍ਰਹਿ ਨੇ ਕੁਐਸਚਨ ਨੰਬਰ 15 15 ਨੰਬਰ ਹੈ ਜੀ ਹਾਂਜੀ ਖੁੱਲੇ ਲੇਖ ਦਾ ਯਾਦ ਰੱਖਣਾ ਸਾਲ 1922 ਕਵੈਸਚਨ ਨੰਬਰ 15 ਜੀ ਪੂਰਨ ਸਿੰਘ ਦਾ ਵਾਰਿਸ ਕਿਸ ਕਵੀ ਨੂੰ ਕਿਹਾ ਜਾਂਦਾ ਹੈ অপਸ਼ਨ A ਦੀਵਾਨ ਸਿੰਘ ਕਾਲੇਪਾਣੀ B ਤਨੀਰਾਮ ਚੌਤਰੀਕ C ਮੋਹਨ ਸਿੰਘ ਦੀਵਾਨਾ D ਸਰਜੀਤ ਪਾਤਰ ਸਹੀ ਆਨਸਰ 15 ਨੰਬਰ ਦੇ ਲਈ ਕਰੋ ਜੀ 15 ਦਾ A ਆਨਸਰ ਦੀਵਾਨ ਸਿੰਘ ਕਾਲੇਪਾਣੀ ਸਭ ਦੇ ਵੱਲੋਂ ਚੁਣਿਆ ਜਾ ਰਿਹਾ ਹੈ ਇਹ ਤੋਂ ਸવાય ਕੋਈ ਹੋਰ ਆਨਸਰ ਜੋ ਵੀ ਕਰ ਰਹੇ ਨੇ ਨੋਟ ਡਾਊਨ ਕਰਨ ਜੀ ਕਿਉਂਕਿ ਸਹੀ ਆਪਸ਼ਨ ਆਪਾਂ ਇਹ ਹੀ ਹੋਵੇਗਾ ਦੀਵਾਨ ਸਿੰਘ ਕਾਲੇਪਾਣੀ ਤੇਵਾਨ ਸਿੰਘ ਕਾਲੇਪਾਣੀ ਨੂੰ ਪੂਰਨ ਸਿੰਘ ਦਾ ਵਾਰਿਸ ਕਿਹਾ ਜਾਂਦਾ ਹੈ ਕਵੈਸਚਨ ਨੰਬਰ 16 ਹੈ ਜੀ ਆਪਣੇ ਕੋਲ ਪੂਰਨ ਸਿੰਘ ਨੇ ਸ਼ੇਕਸਪੀਅਰ ਦੇ ਕਿਸ ਨਾਟਕ ਵਿੱਚ ਐਂਟਨੀ ਦੀ ਭੂਮਿਕਾ ਨਿਭਾਈ ਸੀ ਆਪਸ਼ਨ ਏ ਐਸ ਯੂ ਲਾਈਕ ਇਟ ਬੀ ਦਾ ਕਾਮੇਡੀ ਆਫ ਐਰਰਸ ਸੀ ਜੂਲੀਅਸ ਸੀਜ਼ਰ ਡੀ ਐਨ ਵਿੱਚ ਕੋਈ ਵੀ ਨਹੀਂ ਸਤਿ ਸ਼੍ਰੀ ਅਕਾਲ ਜੀ 16 ਨੰਬਰ ਤੇ ਲਈ ਕਰੈਕਟ ਆਨਸਰ ਕਰੋ ਜੀ ਰਾਜਵਿੰਦਰ ਜੀ ਤੁਹਾਡੀ ਵੀਡੀਓ ਕਾਫੀ ਪਿੱਛੇ ਚੱਲ ਰਹੀ ਹੈ ਜੀ ਬਰਾਬਰ ਲੈ ਕੇ ਆਓ ਇਸ ਨੂੰ ਜੂਲੀਅਸ ਸੀਜ਼ਰ ਸੀ ਆਨਸਰ ਆ ਰਿਹਾ ਜੀ ਸਬਦਾ ਹੀ ਲਗਭਗ ਸੋ ਜਿਹੜੇ ਵੀ ਅਨਸਰ ਕਰ ਰਹੇ ਨੇ ਨੋਟ ਡਾਊਨ ਕਰ ਲਿਜੀ ਜਿਹੜੇ ਵੀ ਸੀ ਅਨਸਰ ਕਰ ਰਹੇ ਨੇ ਬਿਲਕੁਲ ਸਹੀ ਹੈ ਜੀ ਜੂਲੀਅਸ ਸੀਜ਼ਰ ਦੇ ਵਿੱਚ ਕੁਐਸਚਨ ਨੰਬਰ 17 ਦੇ ਵੱਲ ਵੱਧਦੇ ਆ ਜੀ 17 ਨੰਬਰ ਹੈ ਕਿਸ ਕਵਿਤਾ ਤੋਂ ਪ੍ਰੇਰਿਤ ਹੋ ਕੇ ਪੂਰਨ ਸਿੰਘ ਨੇ ਕੁੱਲੀ ਕਵਿਤਾ ਲਿਖੀ ਆਪਸ਼ਨ ਏ ਕਾਹਦੀਆਂ ਪੱਤੀਆਂ ਬੀ ਸਮਰਾਟ ਲੀਅਰ ਸੀ ਤੂਫਾਨ ਡੀ ਏ ਡ੍ਰੀਮ கரੈਕਟ ਅਨਸਰ ਕੁਐਸਚਨ ਨੰਬਰ 17 ਦੇ ਲਈ ਕਰੋ ਜੀ 17 ਦਾ ਅਨਸਰ ਆ ਰਹੀ ਜੀ ਆਪਸ਼ਨ ਏ ਕਾ ਦੀਆਂ ਪੱਤੀਆਂ ਬਿਲਕੁਲ கரੈਕਟ ਆਨਸਰ ਹੈ ਜੀ 17 ਨੰਬਰ ਜ ਲਈ ਸੋ ਸਪੀਡ ਦਾ ਕਹਿ ਰਹੇ ਸੀ ਹੁਣ ਠੀਕ ਹੈ ਜੀ ਸਪੀਡ ਕੁਐਸਚਨ ਨੰਬਰ 17 ਤੋਂ ਬਾਅਦ 18 ਦੇ ਵੱਲ ਵਧਦੇ ਜੀ ਹਾਂਜੀ ਇੱਕ ਗੱਲ ਹੋਰ ਨੋਟ ਡਾਉਨ ਕਰੋ ਅੰਗਰੇਜ਼ੀ ਚ ਪੁੱਛਿਆ ਜਾ ਸਕਦਾ ਹੈ ਗ੍ਰਾਸ ਲੀਫਸ ਯਾਦ ਰੱਖਣਾ ਠੀਕ ਹੈ ਜੀ ਕਵਿਤਾ ਦਾ ਨਾਮ ਕਿਸ ਕਵਿਤਾ ਤੋਂ ਪ੍ਰਭਾਵਿਤ ਹੋਏ ਕੁਐਸਚਨ ਨੰਬਰ 18 18 ਨੰਬਰ ਹੈ ਆਪਨੇ ਜਾਪਾਨ ਵਿੱਚ ਕਿਹੜੀ ਪੱਤਰਕਾ ਸ਼ੁਰੂ ਕੀਤੀ ਹੈ ਆਪਸ਼ਨ ਏ ਅਕਾਲੀ ਬੀ ਸਨੈਰੀ ਪ੍ਰਭਾਤ ਸੀ ਸਮੈਦੀ ਵਾਜ਼ਡ ਇ ਥੰਡਰਿੰਗ ਡਾਊਨ கரੈਕਟ ਆਨਸਰ 18 ਨੰਬਰ ਤੇ ਲਿਖੋ ਜੀ ਸੋ ਦੇਖੋ ਜੀ ਉੱਪਰ ਆਪ ਗ੍ਰੇ ਦੀ ਪ੍ਰਭਾਤ ਕਰਕੇ ਆਏ ਸੀ ਸੇਮ ਉਹੀ ਹੈ ਜੀ ਥੰਡਰਿੰਗ ਡਾਊਨ ਇੰਗਲਿਸ਼ ਦੇ ਵਿੱਚ ਉਹਦਾ ਆਨਸਰ ਹੈ ਜੀ ਠੀਕ ਹੈ ਜੀ ਸੋ ਇੰਗਲਿਸ਼ ਪੰਜਾਬੀ ਦੇ ਵਿੱਚ ਕਈ ਵਾਰੀ ਮਿਕਸ ਕਰਕੇ ਪੁੱਛ ਲੈਂਦੇ ਆਪਾਂ ਪੜਿਆ ਕੋਈ ਹੋਰ ਹੁੰਦਾ ਕਨਫਿਊਜ਼ਨ ਪੈਦਾ ਹੋ ਜਾਂਦੀ ਤੇ ਗਲਤ ਹੋ ਜਾਂਦਾ ਕੁਐਸਚਨ ਨੰਬਰ 19 ਪੂਰਨ ਸਿੰਘ ਨੇ ਕਿਸ ਭਾਸ਼ਾ ਵਿੱਚ ਵਰਤਕ ਲਿਖੀ ਆਪਸ਼ਨ A ਹਿੰਦੀ B ਪੰਜਾਬੀ ਸੀ ਅੰਗਰੇਜ਼ੀ ਡੀ ਉਪਰੋਕਤ ਸਾਰੀਆਂ ਸਹੀ ਆਨਸਰ ਕੁਐਸਚਨ ਨੰਬਰ 19 ਦੇ ਲਈ ਕਰੋ ਜੀ ਦੇਖੋ ਜੀ ਇੰਨਾ ਵੀ ਫਾਸਟ ਨਹੀਂ ਹੈ ਅੱਗੇ ਸਾਰੇ ਕਹਿੰਦੇ ਹੁੰਦੇ ਸੀ ਵੀ ਫਾਸਟ ਕਰਾਓ ਫਾਸਟ ਕਰਾਓ ਤੇ ਹੁਣ ਕਹਿੰਦੇ ਆ ਜੀ ਸਲੋ ਕਰਵਾਓ ਪਿਛਲੀਆਂ ਕਲਾਸਾਂ ਜਿਹੜੇ ਵੀ ਦੇਖਦੇ ਕਹਿੰਦੇ ਜੀ ਬਹੁਤ ਜ਼ਿਆਦਾ ਟਾਈਮ ਵੇਸਟ ਕੀਤਾ ਹੋਇਆ ਬਟ ਹੁਣ ਮੈਂ ਟਾਈਮ ਵੇਸਟ ਨਹੀਂ ਕਰਨਾ ਚਾਹਣਾ ਫਿਰ ਤੁਸੀਂ ਕਹਿ ਰਹੇ ਹੋ ਵੀ ਸਲੋ ਕਰਵਾਓ ਆਪਸ਼ਨ ਡੀ ਆਨਸਰ ਆ ਰਿਹਾ ਜੀ ਹਾਂ ਜੀ ਕਿਸ ਭਾਸ਼ਾ ਦੇ ਵਿੱਚ ਵਾਰਤਕ ਲਿਖੀ ਸਾਰਿਆਂ ਦੇ ਵਿੱਚ ਬਿਲਕੁਲ ਕਰੈਕਟ ਹੈ ਜੀ ਦੇ ਉਪਰੋਕਤ ਸਾਰੀਆਂ ਕੁਐਸਚਨ ਨੰਬਰ 20 ਦੇ ਵੱਲ ਵੱਧਦੇ ਆ ਜੀ 20 ਨੰਬਰ ਹੈ ਆਪਣੇ ਕੋਲ ਇਲੈਕਸ਼ਨ ਤੋਂ ਪਹਿਲਾਂ ਮੁਸ਼ਕਲ ਹੈ ਜੀ ਐਗਜ਼ਾਮ ਕਿਉਂਕਿ ਇਹਨਾਂ ਨੇ ਕੋਈ ਡੇਟ ਨਹੀਂ ਫਿਕਸ ਕੀਤੀ ਜੇ ਡੇਟ ਫਿਕਸ ਹੁੰਦੀ ਤਾਂ 100% ਹੋਣਾ ਸੀ ਕੁਐਸਚਨ ਨੰਬਰ 20 ਕਿਸ ਦਾ ਪਹਿਲਾ ਨਾ ਚਮਕ ਦੇ ਕਿਣਕੇ ਸੀ ਹਾਂਜੀ ਕਿਸ ਸੰਗ੍ਰਹਿ ਦਾ ਪਹਿਲਾ ਨਾ ਚਮਕ ਦੇ ਕਿਣਕੇ ਸੀ ਆਪਸ਼ਨ A ਖੁੱਲੇ ਮੈਦਾਨ B ਖੁੱਲੇ ਕੁੰਡ ਸੀ ਖੁੱਲੇ ਅਸਮਾਨੀ ਰੰਗ ਡੀ ਐਨ ਵਿੱਚ ਕੋਈ ਵੀ ਨਹੀਂ கரੈਕਟ ਆਨਸਰ ਕੁਐਸਚਨ ਨੰਬਰ 20 ਦੇ ਲਈ ਕਰੋ ਜੀ 20 ਦਾ ਸਬਦਾ ਅਨਸਰ ਆ ਰਿਹਾ ਜੀ ਖੁੱਲੇ ਅਸਮਾਨੀ ਰੰਗ ਬਿਲਕੁਲ கரੈਕਟ ਆਨਸਰ ਹੈ ਜੀ ਜਿਹੜੇ ਵੀ ਕਰ ਰਹੇ ਨੇ ਖੁੱਲੇ ਅਸਮਾਨੀ ਰੰਗ ਕੁਐਸਚਨ ਨੰਬਰ 21 21 ਨੰਬਰ ਹੈ ਜੀ ਪੂਰਨ ਸਿੰਘ ਦੇ ਪਿਤਾ ਜੀ ਦਾ ਕੀ ਨਾਮ ਸੀ ਆਪਸ਼ਨ ਏ ਕਰਤਾਰ ਸਿੰਘ ਬੀ ਹਰਪ੍ਰੀਤ ਸਿੰਘ ਸੀ ਗੁਰਪ੍ਰੀਤ ਸਿੰਘ ਤੇ ਡੀ ਹਰਦਿਆਲ ਸਿੰਘ கரੈਕਟ ਆਨਸਰ ਕੁਐਸਚਨ ਨੰਬਰ 21 ਦੇ ਲਈ ਕਰੋ ਜੀ ਇੱਕੀ ਨੰਬਰ ਲਈ ਕੋਰੈਕਟ ਆਨਸਰ ਕਰਿਆ ਜਾਵੇ ਜੀ ਇੱਕੀ ਨੰਬਰ ਦੇ ਲਈ ਏ ਆਨਸਰ ਆ ਰਿਹਾ ਕਰਤਾਰ ਸਿੰਘ ਬਿਲਕੁਲ ਕੋਰੈਕਟ ਹੈ ਜੀ ਕਰਤਾਰ ਸਿੰਘ ਸੀ ਪੂਰਨ ਸਿੰਘ ਦੇ ਪਿਤਾ ਜੀ ਦਾ ਨਾਮ ਹਾਂਜੀ ਕੁਐਸਚਨ ਨੰਬਰ 22 ਦੇ ਵੱਲ ਵਧਦੇ ਹਾਂ ਜੀ ਮਾਤਾ ਜੀ ਦਾ ਨਾਮ ਪਰਮਾ ਦੇਵੀ ਸੀ ਇਹ ਵੀ ਯਾਦ ਰੱਖਣਾ ਵੈਸੇ ਜ਼ਿਆਦਾਤਰ ਜਿਹੜਾ ਪੁੱਛਿਆ ਜਾਂਦਾ ਹੈ ਉਹ ਪਿਤਾ ਜੀ ਦਾ ਨਾਮ ਹੀ ਪੁੱਛ ਸਕਦੇ ਆ ਜਾਂ ਫਿਰ ਦੋਵੇਂ ਹੀ ਇਕੱਠੇ ਪੁੱਛਣਗੇ ਕੁਐਸਚਨ ਨੰਬਰ 22 ਦੇ ਵੱਲ ਵੱਧਿਆ ਜੀ 22 ਨੰਬਰ ਹੈ ਪੂਰਨ ਸਿੰਘ ਦਾ ਜਨਮ ਕਿੱਥੇ ਹੋਇਆ অপਸ਼ਨ A ਸਲਹੜ ਬੀ ਅਲੀਪੁਰ ਸੀ ਗੁਜਰਾਂਵਾਲਾ ਡੀ ਅੰਮ੍ਰਿਤਸਰ ਸਹੀ ਆਨਸਰ ਕੁਐਸਚਨ ਨੰਬਰ 22 ਦੇ ਲਈ ਕਰੋ ਜੀ 22 ਦਾ ਆਨਸਰ A ਸਲਹੜ ਚੁਣਿਆ ਜਾ ਰਿਹਾ ਸਭ ਦੇ ਵੱਲੋਂ ਬਿਲਕੁਲ ਸਹੀ ਆਨਸਰ ਹੈ ਜੀ ਸਲਹੜ ਐਬਟਾਬਾਦ ਜਿਨ੍ਹਾਂ ਨੇ ਵੀ A ਆਨਸਰ ਕਰਿਆ A ਹੈ ਜੀ ਪੱਛਮੀ ਪੰਜਾਬ ਦੇ ਵਿੱਚ ਹਾਂਜੀ ਪੋਠੋਹਾਰ ਇਹ ਵੀ ਯਾਦ ਰੱਖਣਾ ਕੁਐਸਚਨ ਨੰਬਰ 23 23 ਨੰਬਰ ਹੈ ਜੀ ਪੰਜਾਬ ਦੇ ਜਵਾਨ ਕਵਿਤਾ ਪੰਜਾਬ ਦੇ ਜਵਾਨਾਂ ਨੂੰ ਹਾਂਜੀ ਪੰਜਾਬ ਦੇ ਜਵਾਨ ਕਵਿਤਾ ਅਨੁਸਾਰ ਪੰਜਾਬ ਦੇ ਜਵਾਨਾਂ ਨੂੰ ਵਸ ਵਿੱਚ ਕਿਵੇਂ ਕੀਤਾ ਜਾ ਸਕਦਾ ਹੈ অপਸ਼ਨ A ਰੋਬ ਨਾਲ B ਗੁੱਸੇ ਨਾਲ C ਪਿਆਰ ਨਾਲ D ਹਥਿਆਰ ਨਾਲ ਸਹੀ ਅੰਸਰ 23 ਨੰਬਰ ਤੇ ਲਿਖੋ ਜੀ 23 ਨੰਬਰ ਤੇ ਆ ਰਿਹਾ ਜੀ C অপਸ਼ਨ ਪਿਆਰ ਨਾਲ ਪੰਜਾਬ ਦੇ ਜਵਾਨਾਂ ਨੂੰ ਪਿਆਰ ਨਾਲ ਕਾਬੂ ਜਾਂ ਵਸ ਵਿੱਚ ਕੀਤਾ ਜਾ ਸਕਦਾ ਹੈ ਵੈਸੇ ਸਭ ਨੂੰ ਹੀ ਪਿਆਰ ਨਾਲ ਬਟ ਜੇ ਗੁੱਸੇ ਨਾਲ ਰੋਬ ਨਾਲ ਕਿਸੇ ਨੂੰ ਕੋਈ ਕੰਮ ਕਰਨ ਨੂੰ ਕਹੋਗੇ ਅਗਲਾ ਕਦੀ ਵੀ ਨਹੀਂ ਕਰਦਾ ਕੁਐਸਚਨ ਨੰਬਰ 24 ਪੰਜਾਬ ਕਿਸ ਦੇ ਨਾਂ ਤੇ ਜਿਉਂਦਾ ਹੈ অপਸ਼ਨ A ਗੁਰੂਆਂ ਦੇ B ਪੀਰਾਂ ਦੇ C ਸਾਧੂਆਂ ਦੇ D ਅਣਖ ਦੇ கரੈਕਟ ਆਨਸਰ ਕੁਐਸਚਨ ਨੰਬਰ 24 ਦੇ ਲਈ ਕਰੋ ਜੀ 24 ਦਾ ਆ ਰਿਹਾ ਜੀ A C A ਮਿਕਸ ਜੀ ਆਨਸਰ ਆ ਰਹੇ ਨੇ ਜਿਹੜੇ ਵੀ ਆਨਸਰ A ਕਰ ਰਹੇ ਨੇ ਗੁਰੂਆਂ ਦੇ ਨਾਂ ਤੇ ਬਿਲਕੁਲ கரੈਕਟ ਹੈ ਜੀ ਭੂਰਨ ਸਿੰਘ ਦੇ ਅਨਸਾਰ ਪੰਜਾਬ ਗੁਰੂਆਂ ਦੇ ਨੋ ਤੇ ਜਿਉਂਦਾ ਹੈ ਕੁਐਸਚਨ ਨੰਬਰ 25 25 ਨੰਬਰ ਹੈ ਜੀ ਪੂਰਨ ਸੰਗ ਦੀ ਕਵਿਤਾ ਨਹੀਂ অপਸ਼ਨ A ਜਵਾਨ ਪੰਜਾਬ ਦੇ B ਪੰਜਾਬ ਦੇ ਮਜ਼ਦੂਰ C ਹਨੇਰੀਆ ਰਹੀ D ਖੂਤ ਤੇ ਕਰੈਕਟ ਆਨਸਰ 25 ਨੰਬਰ ਦੇ ਲਈ ਕਰੋ ਜੀ ਹਾਂ ਜੀ 25 ਨੰਬਰ ਦੇ ਲਈ C C ਆਨਸਰ ਲੱਗਦਾ ਹੀ ਆ ਰਿਹਾ ਹਨੇਰੀਆ ਰਹੀ ਸਰਜੀਤ ਪਾਤਰ ਬਿਲਕੁਲ ਜੀ ਜਿਹੜੇ ਵੀ ਸੀ ਅਨਸਰ ਕਰ ਰਹੇ ਆ ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 26 26 ਨੰਬਰ ਹੈ ਜੀ ਪੂਰਨ ਸਿੰਘ ਕਿਸ ਧਰਮ ਨਾਲ ਸੰਬੰਧਿਤ ਸਨ অপਸ਼ਨ A Hindu B Muslim C Sikh D SI ਕਿਸ ਧਰਮ ਦੇ ਨਾਲ ਸੰਬੰਧ ਰੱਖਦੇ ਸਨ ਪ੍ਰੋਫੈਸਰ ਪੂਰਨ ਸਿੰਘ ਅਨਸਰ C ਕਰਿਆ ਜਾ ਰਿਹਾ ਸਭ ਦੇ ਵੱਲੋਂ ਕੁਐਸਚਨ ਨੰਬਰ 26 ਦੇ ਲਈ ਬਿਲਕੁਲ ਜੀ ਬਿਲਕੁਲ கரੈਕਟ ਆਨਸਰ ਹੈ ਜੀ ਸਿੱਖ ਧਰਮ ਦੇ ਨਾਲ ਸੰਬੰਧਿਤ ਸਨ ਇਸ ਤੋਂ ਬਾਅਦ ਉਹ Hindu ਧਰਮ ਜ਼ਰੂਰ ਗ੍ਰਹਿਣ ਕਰ ਲੈਂਦੇ ਆ ਜਦੋਂ ਉਹ RAMਤੀ ਰੱਜੀ ਦੀ ਸ਼ਰਨ ਦੇ ਵਿੱਚ ਜਾਂਦੇ ਆ ਕੁਐਸਚਨ ਨੰਬਰ 27 ਖੁੱਲੀ ਕਵਿਤਾ ਦਾ ਮੋਢੀ ਕੌਣ ਸੀ ਆਪਸ਼ਨ A ਭਾਈ ਵੀਰ ਸਿੰਘ B ਦਿਵਾਨ ਸਿੰਘ ਕਾਲੇਪਾਣੀ C ਧਨੀ ਰਾਮ ਚਾਤੁਰਕ D ਪੂਰਨ ਸਿੰਘ ਸਹੀ ਆਨਸਰ ਕੁਐਸਚਨ ਨੰਬਰ 27 ਦੇ ਲਈ ਕਰਿਆ ਜਾਵੇ ਜੀ ਹਾਂ ਜੀ 27 ਨੰਬਰ ਦੇ ਲਈ D C C ਚਬੀ ਲਈ ਠੀਕ ਹੈ ਜੀ 27 ਦੇ ਲਈ D ਤੇ A ਮੈਕਸ ਜਨ ਅਨਸਰ ਹਰੇ ਜਿਹੜੇ ਵੀ ਅਨਸਰ ਕਰ ਰਹੇ ਨੇ ਡੀ ਪ੍ਰੋਫੈਸਰ ਪੂਰਨ ਸਿੰਘ ਹਾਂਜੀ ਬਿਲਕੁਲ ਸਹੀ ਅਨਸਰ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਖੁੱਲੀ ਕਵਿਤਾ ਦਾ ਮੋਢੀ ਕੁਐਸਚਨ ਨੰਬਰ 27 ਤੋਂ ਬਾਅਦ 28 28 ਨੰਬਰ ਹੈ ਜੀ ਪੂਰਨ ਸਿੰਘ ਦੀ ਸ਼ਾਇਕਾ ਰਚਨਾ ਕਿਹੜੀ ਹੈ ਆਪਸ਼ਨ A ਦੇਸ਼ ਪਿਆਰ ਪੰਜਾਬ ਮੇਰਾ B ਚਨਾਦੀਆਂ ਲਹਿਰਾਂ C ਪੂਰਨਾਤ ਜੋਗੀ ਤੇ D ਮੈਂ ਤੇ ਉਹ ਸਹੀ ਅਨਸਰ ਕੁਐਸਚਨ ਨੰਬਰ 28 ਦੇ ਲਈ ਕਰੋ ਜੀ ਪੂਰਨ ਸਿੰਘ ਦੀ ਸ਼ਾਇਕਾ ਰਚਨਾ ਸੀ ਆਪਸ਼ਨ ਪੂਰਨਾਤ ਜੋਗੀ ਸਭ ਦਾ ਆਨਸਰ ਆ ਰਿਹਾ ਜੀ ਬਿਲਕੁਲ ਸਹੀ ਹੈ ਜੀ ਸ਼ਾਕਰ ਰਚਨਾ ਪੂਰਨਾਤ ਜੋਗੀ ਕੁਐਸਚਨ ਨੰਬਰ 29 29 ਨੰਬਰ ਹੈ ਜੀ ਆਪਣੇ ਕੋਲ ਪੂਰਨ ਸਿੰਘ ਬੋਧੀ ਪਿਕਸ਼ੂ ਕਦੋਂ ਬਣੇ ਆਪਸ਼ਨ ਹੈ 1901 1902 ਬੀ ਹੈ ਜੀ 1902 3 ਸੀ ਹੈ 1903 4 ਡੀ 1904 5 ਇੱਥੇ ਦੋ ਈਅਰ ਰੱਖਣ ਦਾ ਰੀਜ਼ਨ ਇਹ ਹੈ ਕਿ ਦੋ ਈਅਰ ਮਿਲਦੇ ਨੇ ਕਿਤੇ ਕਿਤੇ ਅਹ ਚਲੋ ਇੱਕ ਵਾਰੀ ਅਨਸਰ ਕਰ ਦੋ ਫਿਰ ਮੈਂ ਦੱਸ ਦਾਂ ਜੀ ਸੀ ਆਪਸ਼ਨ ਕਾਫੀ ਜਨੰਦ ਆ ਰਿਹਾ ਤਿੰਨ ਤੇ ਚਾਰ ਹਾਂਜੀ ਕਿਤੇ ਕਿਤੇ ਦੋ ਮਿਲਦਾ ਕਿਤੇ ਕਿਤੇ ਤਿੰਨ ਮਿਲਦਾ ਸੀ ਇਸ ਕਰਕੇ ਦੋ ਦੋ ਆਪਸ਼ਨ ਦਿੱਤੇ ਇਸ ਕਰਕੇ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜਾ ਕੁਐਸਚਨ ਹੈ ਥੋੜਾ ਜਿਹਾ ਕਿਤੇ ਕਿਤੇ ਕਨਫਿਊਜ਼ਨ ਵਾਲਾ ਹੈ ਪਰ ਮੈਂ ਇਸ ਦਾ ਅਨਸਰ ਬੀ ਹੀ ਕਰਾਂਗਾ ਹਾਂ ਜ਼ਿਆਦਾਤਰ ਜਿਹੜਾ ਮਿਲਦਾ ਜੀ ਉਹ ਮਿਲਦਾ ਜੀ ਤਿੰਨ ਠੀਕ ਹੈ ਜੀ ਜ਼ਿਆਦਾਤਰ ਮਿਲਦਾ ਹੈ ਭਾਸ਼ਾ ਵਿਗਤ ਦੀ ਵੈਬਸਾਈਟ ਤੇ ਵੀ 1903 ਹੀ ਜ਼ਿਆਦਾ கரੈਕਟ ਆਨਸਰ ਕੀਤਾ ਗਿਆ ਸੋ ਦੇਖੋ ਕਿ ਗਵਰਨਮੈਂਟ ਬੋਰਡ ਯਾਨੀ ਕਿ ਕਿਸ ਤਰ੍ਹਾਂ ਲੈਂਦਾ ਹੈ ਇਸਾਂ ਕੁਐਸਚਨ ਨੂੰ ਸੋ ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 30 ਦੇ ਬਲਵੱਦ ਦੇ ਆ ਜੀ 3 ਨੰਬਰ ਹੈ ਆਪਨੇ ਭਾਈ ਵੀਰ ਸਿੰਘ ਦੀ ਕਿਹੜੀ ਕਵਿਤਾ ਦਾ ਅਨੁਵਾਦ ਕੀਤਾ ਆਪਸ਼ਨ A ਨਰਗਿਸ B ਕੰਬ ਦੀ ਕਲਾਈ ਸੀ ਕਤੋਬ ਦੀ ਲਾਟ ਡੀ ਬਿਸਮਿਲ ਮੋਰ ਸਹੀ ਆਨਸਰ ਕੁਐਸਚਨ ਨੰਬਰ 30 ਦੇ ਲਈ ਕਰਿਆ ਜਾਵੇ ਜੀ ਹਾਂਜੀ ਪ੍ਰੋਫੈਸਰ ਪੂਰਨ ਸਿੰਘ ਜੀ ਨੇ ਭਾਈ ਵੀਰ ਸਿੰਘ ਜੀ ਦੀ ਕਿਹੜੀ ਕਵਿਤਾ ਦਾ ਅਨੁਵਾਦ ਕੀਤਾ ਆਪਸ਼ਨ ਏ ਆਨਸਰ ਕਰਿਆ ਜਾ ਰਿਹਾ ਸਭ ਦੇ ਵੱਲੋਂ ਨਰਗਿਸ ਠੀਕ ਹੈ ਜੀ ਬਿਲਕੁਲ ਜਿਹੜੇ ਵੀ ਆਪਸ਼ਨ ਏ ਦੇ ਨਾਲ ਜਾ ਰਹੇ ਨੇ ਕੁਐਸਚਨ ਨੰਬਰ 31 ਦੇ ਵੱਲ ਵੱਧਦੇ ਹਾਂ ਜੀ 31 ਨੰਬਰ ਹੈ ਆਪਣੇ ਕੋਲ ਪੂਰਨnath ਜੋਗੀ ਵਿੱਚ ਕੁਲ ਕਿੰਨੇ ਦ੍ਰਿਸ਼ਣ ਆਪਸ਼ਨ ਏ 48 ਬੀ 51 ਸੀ 56 ਡੀ 90 ਸਹੀ ਆਨਸਰ ਕੁਐਸਚਨ ਨੰਬਰ 170, 31 ਦੇ ਲਈ ਕਰੋ ਜੀ ਲਾਈਕ ਐਂਡ ਸ਼ੇਅਰ ਕਰਦੇ ਰਹਾ ਕਰੋ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ 50% ਲਾਈਕ ਨੇ ਹਾਂਜੀ 100 ਪਲੱਸ ਪਾ ਦਿਓ ਜੀ 17160 ਲਾਈਵ ਹੋ ਕੇ ਵੀ ਹਾਂਜੀ 31 ਨੰਬਰ ਕੁਐਸਚਨ ਦੇ ਲਈ ਆਨਸਰ ਏ ਬੀ ਦੋਵੇਂ ਹੀ ਆਨਸਰ ਆ ਰਹੇ ਨੇ 51 ਜਿਹੜੇ ਵੀ ਆਨਸਰ ਕਰ ਰਹੇ ਆ ਜੀ ਬਿਲਕੁਲ ਸਹੀ ਹੈ ਜੀ ਬੀ ਆਪਸ਼ਨ ਕੁਐਸਚਨ ਨੰਬਰ 32 ਪਤੀ ਨੰਬਰ ਹੈ ਜੀ ਆਪਣੇ ਕੋਲ ਖੂ ਤੇ ਕਵਿਤਾ ਦੇ ਕਿੰਨੇ ਭਾਗ ਹਨ ਆਪਸ਼ਨ ਏ 2 ਬੀ 3 ਸੀ 4 ਡੀ 5 ਸਹੀ ਆਨਸਰ ਕੁਐਸਚਨ ਨੰਬਰ 32 ਦੇ ਲਈ ਕਰੋ ਜੀ ਜੀ ਕਰ ਦਿੱਤਾ ਲਾਈਕ ਤਾਂ ਬਹੁਤ ਵਧੀਆ ਗੱਲ ਹੈ ਜੀ ਥੈਂਕ ਯੂ ਸੋ ਮਚ ਜੀ ਸਭ ਦਾ ਮੋਟੀਵੇਸ਼ਨ ਦੇਣ ਦੇ ਲਈ 32 ਨੰਬਰ ਦੇ ਲਈ ਆਨਸਰ ਬੀ ਸੀ ਮੈਕਸ ਜਵਾਬ ਕਰੇ ਜਾ ਰਹੇ ਨੇ ਜਿਹੜੇ ਵੀ ਸੀ ਆਨਸਰ ਕਰ ਰਹੇ ਜੀ ਚਾਰ ਸੀ ਆਨਸਰ ਜਿਹੜੇ ਹੀ ਕਰ ਰਹੇ ਹੈ ਜੀ ਚਾਰ ਬਿਲਕੁਲ ਸਹੀ ਹੈ ਕੁਐਸਚਨ ਨੰਬਰ 33 ਦੇ ਵੱਲ ਵੱਧਦੇ ਹਾਂ ਜੀ 33 ਨੰਬਰ ਹੈ ਆਪਣੇ ਕੋਲ ਜਵਾਨ ਪੰਜਾਬ ਦੇ ਕਵਿਤਾ ਵਿੱਚ ਪੂਰਨ ਸਿੰਘ ਨੇ ਪੰਜਾਬੀਆਂ ਦੇ ਕਿਹੋ ਜਿਹੇ ਸੁਭਾਅ ਨੂੰ ਪੇਸ਼ ਕੀਤਾ ਹੈ অপਸ਼ਨ A ਸੰਕੋਚੀ ਸੁਭਾਅ B ਖੁੱਲੇ ਤੇਲ ਬੇਲੇ C ਵੈਮਾ ਪਰਮਾਨਾਲ ਕਿਰੇ ਹੋਏ D ਬੇਮੁਖੇ ਸਹੀ ਅਨਸਰ 33 ਨੰਬਰ ਲਈ ਕਰੋ ਜੀ ਹਾਂਜੀ ਪੰਜਾਬੀਆਂ ਦੇ ਕਿਸ ਤਰ੍ਹਾਂ ਦੇ ਸੁਭਾਅ ਨੂੰ ਪੇਸ਼ ਕੀਤਾ ਹੈ B ਅਨਸਰ ਆ ਰਿਹਾ ਜੀ ਖੁੱਲੇ ਤੇਲ ਬੇਲੇ ਬਿਲਕੁਲ ਸਹੀ ਉੱਤਰ ਹੈ ਜੀ ਜਿਹੜੇ ਵੀ B ਚੁਣ ਰਹੇ ਆ ਬਾਕੀ ਨੋਟ ਡਾਉਨ ਕਰੂੰ ਕਵੈਸਚਨ ਨੰਬਰ 34 ਦੇ ਬਲਵੱਦੇ ਆ ਜੀ 34 ਨੰਬਰ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਦੀ ਪਹਿਲੀ ਲੰਬੀ ਖੁੱਲੀ ਕਵਿਤਾ ਕਿਹੜੀ ਸੀ ਆਪਸ਼ਨ A ਪੂਰਨਨਾਥ ਜੋਗੀ B ਜੰਗਲੀ ਫੁੱਲ C ਖੂ ਤੇ D ਪੁਰਾਣਾ ਪੰਜਾਬ ਨੂੰ ਵਾਜਾਂ 34 ਨੰਬਰ ਦੇ ਲਈ ਸਹੀ ਆਨਸਰ ਕਰਿਆ ਜਾਵੇ ਜੀ ਤੇਤ ਲਈ B ਆਪਸ਼ਨ ਸਭ ਦਾ ਕਰਕਤ ਹੈ ਪ੍ਰਸ਼ਨ ਨੰਬਰ 34 ਦੇ ਲਈ ਸਹੀ ਉੱਤਰ ਕਰੋ ਜੀ 34 ਦਾ A ਆਨਸਰ ਊੜਾ ਠੀਕ ਹੈ ਜੀ ਜਿਹੜੇ ਵੀ A ਆਪਸ਼ਨ ਦੇ ਉੱਲ ਜਾ ਰਹੇ ਨੇ ਪੂਰਨਨਾਥ ਜੋਗੀ ਬਾਕੀ ਜਿਹੜੇ ਵੀ A ਤੋਂ ਸવાય ਕੋਈ ਹੋਰ ਆਨਸਰ ਕਰ ਰਹੇ ਜੀ ਨੋਟ ਡਾਉਨ ਕਰਨ ਜੀ ਕਵੈਸਚਨ ਨੰਬਰ 35 ਦੇ ਬਲ ਬੋਦਦੇ ਆ ਜੀ 35 ਨੰਬਰ ਹੈ ਜੀ ਆਪਣੇ ਕੋਲ ਪੂਰਨਾਤ ਪੂਰਨ ਸਿੰਘ ਦਾ ਪੂਰਨ ਸਿੰਘ ਦਾ ਪਹਿਲਾ ਕਵ ਸੰਗ੍ਰਹਿ ਕਿਹੜਾ ਸੀ ਆਪਸ਼ਨ ਏ ਖੁੱਲੇ ਮੈਦਾਨ ਬੀ ਖੁੱਲੇ ਕੁੰਡ ਸੀ ਖੁੱਲੇ ਸਮਾਨੀ ਰੰਗ ਡੀ ਖੁੱਲੇ ਮੈਦਾਨ ਖੁੱਲੇ ਮੈਦਾਨ ਦੋ ਵਾਰੀ ਆ ਗਿਆ ਜੀ ਇਹਨਾਂ ਵਿੱਚੋਂ ਕੋਈ ਨਹੀਂ ਲਾ ਲੋ ਜੀ ਹਾਂਜੀ ਕਰੋ ਜੀ ਡੀ ਨੂੰ ਮੈਂ ਕੱਟ ਹੀ ਦਿੱਤਾ ਤੁਸੀਂ ਤਿੰਨ ਆਪਸ਼ਨ ਦੇ ਵਿੱਚੋਂ ਹੀ ਆਨਸਰ ਕਰ ਦਿਓ ਪੂਰਨ ਸਿੰਘ ਦਾ ਪਹਿਲਾ ਕਾਲਵ ਸੰਗ੍ਰਹਿ ਕਿਹੜਾ ਸੀ অপশন এ ਚੁਣਿਆ ਦੇ ਜਾ ਰਿਹਾ ਸਭ ਦੇ ਵੱਲੋਂ ਹੀ ਸੋ ਜਿਹੜੇ ਵੀ ਅਨਸਰ এ ਕਰ ਰਿਹਾ ਜੀ ਬਿਲਕੁਲ ਸਹੀ ਹੈ ਜੀ ਸਭ ਦਾ ਕੁल्ले ਮદાન ਕੁਐਸਚਨ ਨੰਬਰ 36 ਦੇ ਵੱਲ ਵੱਧਦੇ ਆ ਜੀ 36 ਨੰਬਰ ਹੈ ਭਾਈ ਵੀਰ ਸਿੰਘ ਨਾਲ ਪੂਰਨ ਸਿੰਘ ਦੀ ਮੁਲਾਕਾਤ ਕਿੱਥੇ ਹੋਈ ਹੈ অপশন এ ਸਿੱਖ ਵਿਦਿਅਕ ਕਾਨਫਰੰਸ ਜਲੰਧਰ ਬੀ ਸਿੱਖ ਵਿਦਿਅਕ ਕਾਨਫਰੰਸ ਸਿਆਲਕੋਟ ਸੀ ਸਿੱਖ ਵਿਦਿਅਕ ਕਾਨਫਰੰਸ ਅੰਮ੍ਰਿਤਸਰ ਡੀ ਸਿੱਖ ਵਿਦਿਅਕ ਕਾਨਫਰੰਸ ਲਾਹੌਰ ਹਾਂਜੀ ਕੋਈ ਗੱਲ ਨਹੀਂ ਜੀ ਦੋ ਆਪਸ਼ਨ ਚੈੱਕ ਕਰਕੇ ਇੱਕ ਉਹ ਗੜ ਦਿੱਤਾ ਸੀ ਠੀਕ ਹੈ ਜੀ 36 ਨੰਬਰ ਦੇ ਲਈ ਆਨਸਰ B ਤੇ C ਦੋਵੇਂ ਚੁਣੇ ਜਾ ਰਹੇ ਆ ਜਿਹੜੇ ਵੀ ਸਿਆਲਕੋਟ ਚੁਣ ਰਹੇ ਆ B ਆਪਸ਼ਨ ਸਿੱਖ ਵਿਦਿਅਕ ਕਾਨਫਰੰਸ ਸਿਆਲਕੋਟ ਬਿਲਕੁਲ ਸਹੀ ਉੱਤਰ ਹੈ ਜੀ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 37 ਦੇ ਬਲਵੱਦੇ ਆ ਜੀ 37 ਨੰਬਰ ਹੈ ਆਪਣੇ ਕੋਲ ਕਿਹੜਾ ਸੰਗ੍ਰਹਿ ਪੂਰਨ ਸਿੰਘ ਦੀ ਮੌਤ ਤੋਂ ਬਾਅਦ ਛਪਿਆ ਹਾਂਜੀ ਜਿਹੜਾ ਸੰਗ੍ਰਹਿ ਪ੍ਰੋਫੈਸਰ ਪੂਰਨ ਸਿੰਘ ਦੀ ਮੌਤ ਤੋਂ ਬਾਅਦ ਛਪਿਆ ਆਪਸ਼ਨ A ਖੁੱਲੇ ਮਦਾਨ B ਖੁੱਲੇ ਕੁੰਡ C ਖੁੱਲੇ ਅਸਮਾਨੀ ਰੰਗ ਇਹਦੇ ਵਿੱਚ ਵੀ ਆ ਜਿਹੜਾ ਸੇਮ ਕਾਪੀ ਪੇਸਟ ਹੋਇਆ ਜਿਸ ਕਰਕੇ ਆ ਗਿਆ ਇਹ D ਆਪਸ਼ਨ ਠੀਕ ਹੈ ਜੀ ਚਲੋ D ਨੂੰ ਜੀ ਛੱਡ ਦੋ ਤੇ 37 ਨੰਬਰ ਦੇ ਲਈ ਕਰੈਕਟ ਆਨਸਰ ਚੁਣਿਆ ਜਾਵੇ 37 ਦੇ ਲਈ D ਆਪਸ਼ਨ C ਆਪਸ਼ਨ ਕਾਫੀ ਜਣਿਆ ਦਾ ਰਿਹਾ ਖੁੱਲੇ ਅਸਮਾਨੀ ਰੰਗ ਸੋ ਜਿਹੜੇ ਵੀ ਆਨਸਰ ਕਰ ਰਹੇ ਨੇ ਖੁੱਲੇ ਅਸਮਾਨੀ ਰੰਗ ਬਿਲਕੁਲ ਸਹੀ ਹੈ ਜੀ ਸਭ ਦਾ ਮੌਤ ਤੋਂ ਬਾਅਦ 1965 ਦੇ ਵਿੱਚ ਛਪਿਆਏ ਕੁਐਸਚਨ ਨੰਬਰ 38 ਦੇ ਬਲਵਤ ਜੀ 38 ਨੰਬਰ ਹੈ ਉਸ ਦੀਆਂ ਕਵਿਤਾਵਾਂ ਵਿੱਚ ਯਾਨੀ ਕਿ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ ਕਿਸ ਦੇ ਵਰਗਾ ਵਹਿਣ ਹੈ অপਸ਼ਨ A ਹਵਾ B ਕੋੜੇ C ਬਦਲਾਅ ਤੇ D دریاਵਾ ਵਰਗਾ கரੈਕਟ ਆਨਸਰ ਕਰੋ ਜੀ ਕਿਸ ਦੇ ਵਰਗਾ ਵਹਿਣ ਹੈ ਜੀ ਪਰ ਜਣਾ ਡੈਥ ਹੋਣੀ ਟਿੱਕ ਅੱਛਾ ਜੀ ਠੀਕ ਹੈ ਜੀ ਤਾਂ ਆਨਸਰ ਹੈ ਡੀ ਆਪਸ਼ਨ ਸ਼ਬਦ ਦਰਿਆਵਾਂ ਵਰਗਾ ਵਹਿਣਾ ਜੀ ਬਿਲਕੁਲ ਸਹੀ ਆਨਸਰ ਹੈ ਜੀ ਅਸਲ 'ਚ ਹਰੇਕ ਦਿਨ ਨਾਲ ਵਰਗਾ ਲਾਇਆ ਜਾਵੇ ਤਾਂ ਹੋਰ ਥੋੜਾ ਜਿਹਾ ਸਿਚੁਏਸ਼ਨ ਨੂੰ ਟਫ ਕੀਤਾ ਜਾ ਸਕਦਾ ਹੈ ਕੁਐਸਚਨ ਨੰਬਰ 39 39 ਨੰਬਰ ਹੈ ਜੀ ਪੂਰਨ ਸਿੰਘ ਦੇ ਪੰਜਾਬੀ ਵਿੱਚ ਕੁੱਲ ਕਿੰਨੇ ਕਾਵ ਸੰਗ੍ਰਹਿ ਹਨ ਆਪਸ਼ਨ ਹੈ 5 ਬੀ 4 ਸੀ 3 ਡੀ 2 ਸਹੀ ਉੱਤਰ ਕੁਐਸਚਨ ਨੰਬਰ 39 ਦੇ ਲਈ ਕਰੋ ਜੀ ਕੁੱਲ ਕਿੰਨੇ ਕਾਵ ਸੰਗ੍ਰਹਿ ਨੇ ਪੰਜਾਬੀ ਦੇ ਕਾ ਡੀ ਅਨਸਰ ਸੀ ਅਨਸਰ ਮਿਕਸ ਜਾਰੀ ਨੇ ਸੋ ਦੇਖੋ ਜੀ ਕਵ ਸੰਗ੍ਰਹਿ ਪੁੱਛਿਆ ਜੀ ਸੰਗ੍ਰਹਿ ਵੈਸੇ ਟੋਟਲ 4 ਨੇ ਖੁੱਲੇ ਲੇਖ ਨੂੰ ਵੀ ਜੇ ਆਪਾਂ ਜੋੜੀਏ ਤਾਂ ਸੀ ਆਪਸ਼ਨ 3 ਬਿਲਕੁਲ ਸਹੀ ਹੈ ਜੀ ਬਾਕੀ ਨੋਟ ਡਾਉਨ ਕਰ ਰਣ ਕੁਐਸਚਨ ਨੰਬਰ 40 ਦੇ ਵੱਲ ਵੱਧਦੇ ਹਾਂ ਜੀ 40 ਨੰਬਰ ਹੈ ਆਪਣੇ ਕੋਲ ਪੂਰਨ ਸਿੰਘ ਦੇ ਅਨੁਸਾਰ ਰਾंजे ਨੇ ਕਿਸ ਤੋਂ ਜੋਗ ਲਿਆ ਆਪਸ਼ਨ A ਪੰਜ ਪੀਰਾਂ ਤੋਂ B ਬਾਲਨਾਥ ਤੋਂ C ਗੋਰਖਨਾਥ ਤੋਂ D ਮਸ਼ਿੰਦਰਨਾਥ ਸਹੀ ਅਨਸਰ ਕੁਐਸਚਨ ਨੰਬਰ 40 ਦੇ ਲਈ ਕਰੋ ਜੀ ਹਾਂਜੀ 162 ਲਾਈਕ ਐਂਡ ਸ਼ੇਅਰ ਕਰਦੇ ਰਹੋ 40 ਨੰਬਰ ਤੇ ਲੀ ਆਨਸਰ ਆ ਰਿਹਾ ਜੀ ਬੀ ਤੇ ਸੀ ਆਪਸ਼ਨ ਜਿਹੜੇ ਵੀ ਬੀ ਆਪਸ਼ਨ ਦੇ ਨਾਲ ਜਾ ਰਹੇ ਨੇ ਬਾਲਨਾਥ ਬਿਲਕੁਲ ਸਹੀ ਹੈ ਜੀ ਬਾਕੀ ਕਰਨ ਜੀ ਨੋਟ ਡਾਊਨ ਕੁਐਸਚਨ ਨੰਬਰ 41 ਦੇ ਵੱਲ ਵੱਧਦੇ ਹਾਂ ਜੀ ਕੁਐਸਚਨ ਨੰਬਰ 41 ਹੈ ਜੀ ਕਵੀ ਹੋਣ ਦੇ ਨਾਲ ਨਾਲ ਪੂਰਨ ਸਿੰਘ ਡੈਸ਼ ਵੀ ਸਨ ਆਪਸ਼ਨ ਏ ਵਿਗਿਆਨੀ ਬੀ ਇੰਜੀਨੀਅਰ ਸੀ ਸਿਰਫ ਏ ਤੇ ਡੀ ਤੇ ਬੀ ਸਹੀ ਉੱਤਰ ਕੁਐਸਚਨ ਨੰਬਰ 41 ਦੇ ਲਈ ਕਰੋ ਜੀ اے ਤੇ ਬੀ ਇੰਜੀਨੀਅਰ ਤੇ ਵਿਗਿਆਨੀ ਦੋਵੇਂ ਹੀ ਅਨਸਰ ਆ ਰਹੇ ਆ ਜੀ ਬਲ ਨਾ ਠੀਕ ਹੈ ਜੀ ਕੁਐਸਚਨ ਨੰਬਰ 41 ਦੇ ਲਈ ਡੀ ਅਨਸਰ ਲੱਗਪਗ ਸਬਦ ਹੈ ਜਿਹੜੇ ਵੀ ਡੀ ਅਨਸਰ ਕਰ ਰਹੇ ਆ ਜੀ ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 42 ਦੇ ਵੱਲ ਵਧਦੇ ਆ ਜੀ 42 ਨੰਬਰ ਹੈ ਜੀ ਪੂਰਨ ਸਿੰਘ ਜਪਾਨ ਵਿੱਚ ਕਿਸ ਕਲੱਬ ਦੇ ਮੈਂਬਰ ਕਿਸ ਕਲਬ ਦਾ ਮੈਂਬਰ ਬਣਿਆ ਜਾਂ ਕਿਸ ਕਲਬ ਦੇ ਮੈਂਬਰ ਰਹੇ অপশন এ ਜੀ এডুকেশন বি ओरिएंटাল সি সোশ্যাল ডি রিসার্চ ਸਹੀ ਆਨਸਰ 42 ਨੰਬਰ ਦੇ ਲਈ ਕਰਿਆ ਜਾਵੇ ਜੀ ਹਾਂਜੀ ਕਿਸ ਕਲਬ ਦੇ ਮੈਂਬਰ ਰਹੇ ডি ਆਨਸਰ ਰਿਸਰਚ ਆ ਰਿਹਾ ਜੀ ਸਬਦ ਪਰ ਜੋ ডি ਆਨਸਰ ਚੁਣਿਆ ਜਾ ਰਿਹਾ ਜੀ ਗਲਤ ਹੈ ਜਿਨ੍ਹਾਂ ਨੇ ਵੀ ਆਨਸਰ ਕਰਿਆ ਜੀ বি অপশন ओरिएंटਲ ਬਿਲਕੁਲ ਸਹੀ ਹੈ ਜੀ ओरिएंटल क्लब ਦੇ ਮੈਂਬਰ ਦੇ ਕੁਐਸਚਨ ਨੰਬਰ 43 ਹੈ ਜੀ ਆਪਣੇ ਕੋਲ ਪੂਰਨ ਸਿੰਘ ਲਾਹੌਰ ਦੇ ਕਿਸ ਇੰਸਟੀਚਿਊਟ ਦੇ ਪ੍ਰਿੰਸੀਪਲ ਰਹੇ ਆਪਸ਼ਨ A ਮਿੱਤਰ ਇੰਸਟੀਟਿਊਸ਼ਨ B ਹੈ ਜੈ ਲੈਂਕਸੈਂਡਰ ਇੰਸਟੀਟਿਊਸ਼ਨ C ਹੈ ਡਾਇਮੰਡ ਜੁਬਲੀ ਤੇ D ਹੈ ਇੰਸਟੀਟਿਊਟ ਆਫ ਐਜੂਕੇਸ਼ਨ கரੈਕਟ ਆਨਸਰ ਕੁਐਸਚਨ ਨੰਬਰ 43 ਦੇ ਲਈ ਕਰੋ ਜੀ ਹਾਂ ਜੀ 43 ਦੇ ਲਈ ਕੀ ਡੀ ਆਨਸਰ ਕਾਫੀ ਜਿਆਦਾ ਆ ਰਿਹਾ ਜੀ ਬੀ ਤੇ ਡੀ ਮਿਕਸ ਜੀ ਆਨਸਰ ਸੀ ਵੀ ਆ ਰਿਹਾ ਹੈ ਈ ਗੜੀ ਤੋਂ ਜਿਹੜੇ ਵੀ ਜਾ ਰਹੇ ਨੇ ਆਪਸ਼ਨ ਸੀ ਦੇ ਵੱਲ ਹਾਂਜੀ ਜਿਨ੍ਹਾਂ ਦਾ ਵੀ ਸੀ ਆਨਸਰ ਆਇਆ ਡਾਇਮੰਡ ਜੁਬਲੀ ਬਿਲਕੁਲ ਸਹੀ ਹੈ ਜੀ ਬਾਕੀ ਕਰਨ ਜੀ ਨੋਟ ਡਾਊਨ ਕੁਐਸਚਨ ਨੰਬਰ 44 ਦੇ ਵੱਲ ਵੱਧੀਆਂ ਜੀ 44 ਨੰਬਰ ਹੈ ਪੂਰਨ ਸਿੰਘ ਦੀਆਂ ਰਚਨਾਵਾਂ ਵਿੱਚ ਕਾਦੀ ਤਾੰਗ ਹੈ ਆਪਸ਼ਨ ਹੈ ਆਜ਼ਾਦੀ ਦੀ ਬੀ ਗੁਲਾਮੀ ਦੀ ਸੀ ਉਮੀਦ ਦੀ ਡੀ ਪਰੰਪਰਾ ਨਿਭਾਉਣ ਦੀ ਸਹੀ ਆਨਸਰ ਕੁਐਸਚਨ ਨੰਬਰ 44 ਦੇ ਲਈ ਕਰੋ ਜੀ ਜੀ ਹੁਣ ਇੰਜ ਲੱਗਦਾ ਜਿਵੇਂ ਆਨਸਰ ਦੇਣ ਵਾਲੇ ਥੱਕ ਗਏ ਨੇ ਬਿਲਕੁਲ ਸਲੋ ਹੋ ਗਏ ਨੇ ਜੋ ਜਿਹੜੇ ਵੀ ਏ ਆਪਸ਼ਨ ਦੇ ਨਾਲ ਜਾ ਰਹੇ ਨੇ ਆਜ਼ਾਦੀ ਬਿਲਕੁਲ ਸਹੀ ਹੈ ਜੀ ਪੂਰਨ ਸਿੰਘ ਦੀਆਂ ਰਚਨਾਵਾਂ ਦੇ ਵਿੱਚ ਆਜ਼ਾਦੀ ਦੀ ਤਾਂਗੇ ਕੁਐਸਚਨ ਨੰਬਰ 45 ਦੇ ਬਲਵੱਦ ਦੀ ਹੈ ਜੀ 45 ਨੰਬਰ ਹੈ ਪੂਰਨ ਸਿੰਘ ਜੀ ਪੂਰਨ ਸਿੰਘ ਦੀ ਕਵਿਤਾ ਕਿਸ ਦਾ ਵਿਰੋਧ ਕਰਦੀ ਹੈ ਆਪਸ਼ਨ ਹੈ ਆਜ਼ਾਦੀ ਤੇ ਖੁੱਲਾਪਣ ਬੀ ਬਚਨਵੱਦ ਤਾਂ ਸੀ ਪਰੰਪਰਾ ਤੇ ਗੁਲਾਮੀ ਡੀ ਇਸ ਦੁਨੀਆ ਦਾ ਸਹੀ ਆਨਸਰ 45 ਨੰਬਰ ਲਿਖੋ ਜੀ ਫਟਾਫਟ ਆਉਂਦੋ ਜੀ 45 ਨੰਬਰ ਦੇ ਲਈ ਆਨਸਰ 45 ਦੇ ਲਈ ਕਰਿਆ ਜਾ ਰਿਹਾ ਜੀ অপਸ਼ਨ ਸੀ ਪਰੰਪਰਾ ਅਤੇ ਗੁਲਾਮੀ ਬਿਲਕੁਲ ਜੀ ਜੇ ਆਜ਼ਾਦੀ ਦੀ ਤਾਂਗ ਰਖਦੇ ਤਾਂ ਗੁਲਾਮੀ ਦੇ ਵਿਰੋਧ ਕਰਨਗੇ ਸੋ ਬਿਲਕੁਲ ਸਹੀ ਹੈ ਜੀ ਸੀ ਆਪਸ਼ਨ ਕੁਐਸਚਨ ਨੰਬਰ 46 ਦੇ ਵੱਲ ਵੱਧਦੇ ਹਾਂ ਜੀ 46 ਨੰਬਰ ਹੈ ਜੀ ਮੌਤ ਨੂੰ ਮਖੌਲਾਂ ਕਰਨ ਤੋਂ ਕੀ ਪਾਵੇ ਆਪਸ਼ਨ A ਅਣਖ ਨਾਲ ਵੰਗਾਰਨਾ B ਨੇਤਰ ਤੇ ਅਲਬੀਲਾ C ਮੌਤ ਨੂੰ ਗੱਲ ਲਾਉਣਾ D ਮੌਤ ਨੂੰ ਡਰਾਉਣਾ ਸਹੀ ਆਨਸਰ ਕੁਐਸਚਨ ਨੰਬਰ 46 ਦੇ ਲਈ ਕਰੋ ਜੀ ਮੌਤ ਨੂੰ ਮਖੋਲਾ ਕਰਨ ਤੋਂ ਭਾਵ ਹੈ ਆਨਸਰ ਸੀ ਕਰਿਆ ਜਾ ਰਿਹਾ ਹੈ ਅੱਛਾ ਪਿਛਲੇ ਲਈ ਸੀ ਹੈ ਪਿਛਲੇ ਲਈ ਸੀ ਠੀਕ ਹੈ ਜੀ ਅਡਾ ਸੀ ਸੀ ਅਗੇਨ ਬੀ ਇਹ ਮਿਕਸ ਜੀ ਆਨਸਰ ਕੁਐਸਚਨ ਨੰਬਰ 46 ਦੇ ਲਈ ਆ ਰਿਹਾ ਜੀ ਮੌਤ ਨੂੰ ਮਖੋਲਾ ਮਖੋਲਾ ਕਰਨ ਤੋਂ ਭਾਵ ਹੈ ਜੀ ਨੀ ਡਰ ਤੇ ਅਲਬੇਲਾ ਆਪਸ਼ਨ ਬੀ ਜਿਹੜੇ ਵੀ ਚੁਣ ਰਹੇ ਆ ਬੀ ਜਿੰਨਾਂ ਦਾ ਵੀ ਆਨਸਰ ਆਇਆ ਹੈ ਜੀ ਬਿਲਕੁਲ ਸਹੀ ਹੈ ਬਾਕੀ ਨੋਟ ਡਾਉਨ ਕਰ ਨੂੰ ਕੁਐਸਚਨ ਨੰਬਰ 47 ਦੇ ਵੱਲ ਵੱਧਦੇ ਆ ਜੀ ਹਜੇ ਤਾਂ ਬਹੁਤ ਪਏ ਜੀ ਕੁਐਸਚਨ 60 ਦੇ ਪਲੱਸ ਹੈਗੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕੁਐਸਚਨ ਨੰਬਰ 47 ਹੈ ਜੀ ਕਿਹੜਾ ਦੇਸ਼ ਭਗਤ ਆਪ ਦਾ ਦੋਸਤ ਸੀ অপਸ਼ਨ A ਗੋਪਾਲ ਕ੍ਰਿਸ਼ਨ ਗੋਖਲੇ B ਮਦਨ ਲਾਲ ਟਿੰਗੜਾ ਸੀ C ਬਾਲ ਗੰਗਾਧਰ ਤਿਲਕ D ਲਾਲਾ ਹਰदयाल 47 ਨੰਬਰ ਦੇ ਲਈ ਸਹੀ ਆਨਸਰ ਕਰੋ ਜੀ 9 ਵਜੇ ਦੀ ਕਰਮਜੀਤ ਜੀ 9 ਵਜੇ ਹੁੰਦੀ ਹੈ ਰਜਾਨਾ ਸੋ ਜਿਹੜੇ ਵੀ ਅਨਸਰ ਕਰ ਰਹੇ ਨੇ 47 ਨੰਬਰ ਤੇ ਲਈ ਵੈਸੇ ਤਾਂ ਮਿਕਸ ਅਨਸਰ ਆ ਰਹੇ ਨੇ ਬਟ ਜਿਹੜੇ ਵੀ ਅਨਸਰ ਡੀ ਦੇ ਨਾਲ ਜਾ ਰਹੇ ਜੀ ਗਿਣੇ ਚੁਣੇ ਹੀ ਆ ਜੀ ਇਹ ਲਾਲਾ ਹਰदयाल ਬਿਲਕੁਲ ਸਹੀ ਹੈ ਜੀ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 48 ਦੇ ਬਲਵੱਦੇ ਆ ਜਿਹੜਾ 48 ਨੰਬਰ ਹੈ ਆਪਣੇ ਕੋਲ ਪੂਰਨ ਸਿੰਘ ਦੇ ਅਨੁਸਾਰ ਪੰਜਾਬ ਦੇ ਦਰਿਆ ਕਿਸ ਦੀ ਬਾਣੀ ਗਾਉਂਦੇ ਹਨ ਆਪਸ਼ਨ A ਜਬਜੀ ਸਾਹਿਬ B ਸੁਖਮਨੀ ਸਾਹਿਬ D ਅਨੰਦ ਸਾਹਿਬ ਸੀ ਅਨੰਦ ਸਾਹਿਬ ਤੇ ਡੀ ਗੁਰੂਆਂ ਦੀ கரੈਕਟ ਆਨਸਰ ਕੁਐਸਚਨ ਨੰਬਰ 48 ਦੇ ਲਈ ਕਰੋ ਜੀ ਕੁਐਸਚਨ ਨੰਬਰ 48 48 ਲਈ ਆਰੇ ਜੀ ਡੀ ਆਪਸ਼ਨ ਗੁਰੂਆਂ ਦੀ ਏ ਆਪਸ਼ਨ ਮਿਕਸ ਜੀ ਮਿਕਸ ਜੀ ਆਨਸਰ ਬਾਣੀ ਤਾਂ ਗੁਰੂਆਂ ਦੀ ਹੀ ਹੈ ਦੇਖੋ ਤਿੰਨੇ ਉੱਪਰ ਜਿਹੜੀਆਂ ਨੇ ਬਟ கரੈਕਟ ਜਿਹੜਾ ਸਭ ਤੋਂ ਸਹੀ ਆਪਸ਼ਨ ਰਹੇਗਾ ਉਹ ਰਹੇਗਾ ਜੀ ਜਪਜੀ ਸਾਹਿਬ ਸੋ ਇਹ ਆਪਸ਼ਨ ਜਿਹੜੇ ਵੀ ਅਨਸਰ ਕਰ ਰਹੇ ਜੀ ਕਰੈਕਟ ਹੈ ਜੀ ਬਾਕੀ ਕਰਨ ਜੀ ਨੋਟ ਡਾਉਨ ਕੁਐਸਚਨ ਨੰਬਰ 49 49 ਨੰਬਰ ਹੈ ਜੀ ਆਪਣੇ ਕੋਲ ਅਧਿਆਤਮਕ ਕਵਿਤਾਵਾਂ ਵਿੱਚ ਪੂਰਨ ਸਿੰਘ ਮਨੁੱਖ ਨੂੰ ਕੀ ਦੱਸਦਾ ਹੈ ਆਪਸ਼ਨ A ਟਟਕਦੀ ਆਤਮਾ B ਪਤੰਗ C ਬੱਦਲ D ਬੇਮੁਖ ਹੋਇਆ ਇਨਸਾਨ 49 ਨੰਬਰ ਦੇ ਲਈ ਸਹੀ ਅਨਸਰ ਕਰਿਆ ਜਾਵੇ ਜੀ ਅਧਿਆਤਮਕ ਕਵਿਤਾਵਾਂ ਦੇ ਵਿੱਚ ਪੂਰਨ ਸਿੰਘ ਮਨੁੱਖ ਨੂੰ ਕੀ ਦੱਸਦਾ ਹੈ ਹਾਂਜੀ ਉਨਨਜੋ ਤਾਂ ਬੀ ਡੀ ਡੀ ਕਾਫੀ ਜਨਰਲ ਆਨਸਰ ਆ ਰਿਹਾ ਬੀ ਤੇ ਡੀ ਮਿਕਸ ਜਨਸਰ ਕੀਤੇ ਜਾ ਰਹੇ ਨੇ ਜਿਹੜੇ ਵੀ ਆਨਸਰ ਬੀ ਕਰ ਰਹੇ ਨੇ ਪਤੰਗ ਹਾਂਜੀ ਜਿਨ੍ਹਾਂ ਦਾ ਵੀ ਬੀ ਆਨਸਰ ਆਇਆ ਹੈ ਸਹੀ ਹੈ ਬਾਕੀ ਕਰਨ ਜੀ ਨੋਟ ਡਾਉਨ ਪਤੰਗ ਦੇ ਨਾਲ ਤੁਲਨਾ ਕੀਤੀ ਹੈ ਕੁਐਸਚਨ ਨੰਬਰ 50 ਦੇ ਬਲਵੱਦਿਆਂ ਜੀ 50 ਨੰਬਰ ਹੈ ਜੀ ਪੂਰਨ ਸਿੰਘ ਅਨਸਾਰ ਜਗਦੇ ਭੰਡਾਰੀ ਕੌਣ ਸਨ ਆਪਸ਼ਨ A ਉਦਯੋਗਪਤੀ B ਵਪਾਰੀ C ਫੌਜੀ D ਕਿਸਾਨ ਸਹੀ ਆਨਸਰ ਕੁਐਸਚਨ ਨੰਬਰ 50 ਦੇ ਲਈ ਕਰਿਆ ਜਾਵੇ ਜੀ ਹਾਂਜੀ 49 ਵਾਲੀ ਬੀ ਆਪਸ਼ਨ ਜਿਨ੍ਹਾਂ ਨੇ ਕਰਿਆ ਸਹੀ ਹੈ ਜੀ 50 ਨੰਬਰ ਦੇ ਲਈ ਕਰੈਕਟ ਆਨਸਰ ਕਰੋ ਜੀ ਬੀ ਆਪਸ਼ਨ 50 ਦੇ ਲਈ ਸੀ ਡੀ ਮੈਕਸਟ ਜਨਸਰ ਡੀ ਕਾਫੀ ਜਣਿਆ ਦਾ ਆਨਸਰ ਆ ਰਿਹਾ 50 ਨੰਬਰ ਦੇ ਲਈ ਕਿਸਾਨ ਬਿਲਕੁਲ ਸਹੀ ਆਨਸਰ ਹੈ ਜੀ ਜਗਦੇ ਭੰਡਾਰੀ ਕਿਸਾਨ ਹਨ ਪ੍ਰੋਫੈਸਰ ਪੂਰਨ ਸਿੰਘ ਦੇ ਆਨਸਾਰ ਕੁਐਸਚਨ ਨੰਬਰ 51 ਦੇ ਵੱਲ ਵੱਧਦੇ ਆ ਜੀ 51 ਨੰਬਰ ਹੈ ਪੂਰਨ ਸਿੰਘ ਦੀ ਕਿਸ ਕਵਿਤਾ ਵਿੱਚ ਨਾਟਕੀ ਤੱਤ ਵਦੇਰੇ ਹਨ ਆਪਸ਼ਨ ਏ ਖੂਤ ਤੇ ਬੀ ਜੰਗਲ ਜੰਗਲੀ ਫੁੱਲ ਸੀ ਪੂਰਨਨਾਥ ਜੋਗੀ ਡੀ ਪੁਰਾਣੇ ਪੰਜਾਬ ਨੂੰ ਵਾਜਾਂ 51 ਨੰਬਰ ਦੇ ਲਈ ਸਹੀ ਆਨਸਰ ਕਰੋ ਜੀ ਕੁਐਸਚਨ ਨੰਬਰ 51 ਦਾ ਆਨਸਰ ਆ ਰਿਹਾ ਜੀ ਡੀ ਆਪਸ਼ਨ ਅਸ਼ਾ 50 ਦਾ ਆ ਰਿਹਾ ਡੀ 50 ਦਾ ਠੀਕ ਹੈ ਜੀ ਡੀ 51 ਨੰਬਰ ਲਈ 51 ਦਾ ਸੀ ਬੀ ਮਿਕਸ ਦੇ ਆਨਸਰ ਕੀਤੇ ਜਾ ਰਹੇ ਨੇ ਜਿਹੜੇ ਵੀ ਜਾ ਰਹੇ ਨੇ ਸੀ ਆਪਸ਼ਨ ਦੇ ਨਾਲ ਪੂਰਨਨਾਥ ਜੋਗੀ ਬਿਲਕੁਲ ਸਹੀ ਆਨਸਰ ਹੈ ਜੀ ਬਾਕੀ ਕਰਨ ਜੀ ਨੋਟ ਡਾਊਨ ਕੁਐਸਚਨ ਨੰਬਰ 51 ਲਈ ਪੂਰਨਨਾਥ ਜੋਗੀ ਕੁਐਸਚਨ ਨੰਬਰ 52 52 ਹੈ ਜੀ ਖੁੱਲੇ ਮੈਦਾਨ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਆਪਸ਼ਨ ਹੈ 1922 ਬੀ 1923 ਸੀ 1925 ਡੀ 1929 ਖੁੱਲੇ ਮੈਦਾਨ ਦਾ ਪ੍ਰਕਾਸ਼ਨ ਸਾਲ ਕਰੈਕਟ ਆਨਸਰ ਕਰੋ ਜੀ ਠੀਕ ਹੈ ਜੀ 52 ਨੰਬਰ ਦੇ ਲਈ ਸੀ ਆਪਸ਼ਨ 52 ਲਈ ਏ ਸੀ ਮਿਕਸ ਜਨਸਰ 1922 ਬੀ ਸੀ ਸੋ ਜਿਹੜੇ ਵੀ 1900 ਬਾਈ ਆਨਸਰ ਕਰ ਰਹੇ ਜੀ ਇਹ ਆਪਸ਼ਨ ਖੁੱਲੇ ਮੈਦਾਨ ਠੀਕ ਹੈ ਜੀ ਬਿਲਕੁਲ ਇਹ অপਸ਼ਨ ਆਪਣਾ ਸਹੀ ਹੋਵੇਗਾ 1922 ਦੇ ਵਿੱਚ ਪ੍ਰਕਾਸ਼ਨ ਹੋਇਆ ਖੁੱਲੇ ਮੈਦਾਨ ਦਾ ਕੁਐਸਚਨ ਨੰਬਰ 53 ਖੁੱਲੇ ਅਸਮਾਨੀ ਰੰਗ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਪਿੱਛੇ ਜੇ ਮੈਂ ਦੱਸ ਕੇ ਵੀ ਆਇਆ ਆ ਦੇਖਦੇ ਕਿੰਨਾ ਦਾ ਸਹੀ ਹੈ 1925 1952 1956 1965 ਸਹੀ ਆਨਸਰ 53 ਨੰਬਰ ਲਈ ਕਰਿਆ ਜਾਵੇ ਜੀ ਖੁੱਲੇ ਅਸਮਾਨੀ ਰੰਗ ਕਦੋਂ ਪ੍ਰਕਾਸ਼ਿਤ ਹੋਇਆ ਹਾਂਜੀ 1965 ਡੀ ਆਨਸਰ ਸਭ ਦੇ ਵੱਲੋਂ ਕਰਿਆ ਜਾ ਰਿਹਾ ਬਿਲਕੁਲ ਸਹੀ ਹੈ ਜੀ 1965 ਬਾਕੀ ਕਰਾਂ ਜੀ ਨੋਟ ਡਾਊਨ ਕੁਐਸਚਨ ਨੰਬਰ 54 ਦੇ ਬਲਵੱਤੇ ਆ ਜੀ 54 ਨੰਬਰ ਹੈ ਹਾਂ ਜੀ ਆ ਦੇਖ ਲਓ 1965 ਤੇ ਲਿਖਿਆ 1927 ਦੇ ਵਿੱਚ ਗਿਆ ਕੁਐਸਚਨ ਨੰਬਰ 54 ਹੈ ਜੀ ਖੁੱਲੇ ਕੁੰਡ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਆਪਸ਼ਨ ਹੈ 1923 B 1925 C 1929 D 1931 ਖੁੱਲੇ ਕੁੰਡ ਕਾਵ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ 54 ਨੰਬਰ ਲਈ ਸਹੀ ਆਨਸਰ 1923 ਆਨਸਰ ਆ ਰਿਹਾ ਹੈ ਕਾਫੀ ਜਣਿਆਂ ਦਾ ਹਾਂ ਜੀ 55 ए डीडीए 54 1929 सो जेडे भी 1923 ਦਿਨਾਂ ਵਾਲੇ ਜਾ ਰਹੇ ਨੇ ਹਾਂਜੀ 54 ਨੰਬਰ ਦੇ ਲਈ ਜਿਹੜੇ ਵੀ 1923 ਅਨਸਰ ਕਰ ਰਿਹਾ ਏ ਆਪਸ਼ਨ ਖੁੱਲੇ ਕੁੰਡ 1923 ਦੇ ਵਿੱਚ ਪ੍ਰਕਾਸ਼ਿਤ ਹੋਇਆ ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 55 ਖੁੱਲੇ ਲੇਖ ਨਿਬੰਧ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਆਪਸ਼ਨ ਏ 1925 ਬੀ 1927 ਸੀ 1929 ਡੀ 1931 ਸਹੀ ਆਨਸਰ ਕੁਐਸਚਨ ਨੰਬਰ 55 ਲਈ ਕਰੋ ਜੀ ਹਾਂਜੀ ਕੁਐਸਚਨ ਨੰਬਰ 55 ਦੇ ਲਈ ਆਨਸਰ ਚੁਣਿਆ ਜਾ ਰਿਹਾ ਸੀ ਏ ਏ ਏ ਦੇ ਉੱਪਰ ਕਾਫੀ ਜ਼ਿਆਦਾ ਆਨਸਰ ਏ ਦੇ ਉੱਪਰ ਕਾਫੀ ਜ਼ਿਆਦਾ ਕੈਂਡੀਡੇਟ ਜਾ ਰਹੇ ਨੇ 1929 ਸੀ ਸੀ ਆਪਸ਼ਨ ਵੀ ਆ ਰਿਹਾ ਹੈ ਜਿਹੜੇ ਵੀ 1929 ਦੇ ਨਾਲ ਜਾ ਰਹੇ ਨੇ ਖੁੱਲੇ ਲੇਖ ਨਿਬੰਧਾ ਜੀ 1929 ਦੇ ਵਿੱਚ ਬਿਲਕੁਲ ਸਹੀ ਹੈ ਜੀ ਕੁਐਸਚਨ ਨੰਬਰ 56 ਦੇ ਉੱਪਰ ਵੱਧਦੇ ਆ ਜੀ 56 ਨੰਬਰ ਪੂਰਨ ਸਿੰਘ ਜੀਵਨ ਤੇ ਕਵਿਤਾ ਅਸਰ ਲੇਖ ਅਧੀਨ ਪੂਰਨ ਸਿੰਘ ਦੀਆਂ ਰਚਨਾਵਾਂ ਦਾ ਸੰਪਾਦਨ ਕਿਸ ਨੇ ਕੀਤਾ ਆਪਸ਼ਨ A ਜੀਤ ਸਿੰਘ ਸ਼ੀਤਲ B ਪੰਜਾਰਾ ਬੇਦੀ C ਮਹਿੰਦਰ ਸਿੰਘ ਰੰਦਾਵਾ D ਕਰਤਾਰ ਸਿੰਘ ਬੁੱਗਲ 56 ਨੰਬਰ ਦੇ ਲਈ ਸਹੀ ਅਨਸਰ ਕਰਿਆ ਜਾਵੇ ਹਾਂਜੀ 55 ਦਾ C ਆਪਸ਼ਨ ਬਿਲਕੁਲ ਸਹੀ ਹੈ ਜੀ 56 ਨੰਬਰ ਲਈ ਕਰੈਕਟ ਅਨਸਰ ਚੁਣਿਆ ਜਾਵੇ 56 ਨੰਬਰ ਲਈ ਆ ਰਿਹਾ ਜੀ C ਆਪਸ਼ਨ ਮਹਿੰਦਰ ਸਿੰਘ ਰੰਦਾਵਾ ਲਗਭਗ ਸਬਦਾਂ ਹੀ ਠੀਕ ਹੈ ਜੀ ਬਿਲਕੁਲ ਮਹਿੰਦਰ ਸਿੰਘ ਰੰਧਾਵਾ ਜੀ ਨੇ ਪੂਰਨ ਸਿੰਘ ਜੀਵਨ ਤੇ ਕਵਿਤਾ ਸਰਲੇਖ ਦੀਨ ਇਹਨਾਂ ਦੀਆਂ ਰਚਨਾਵਾਂ ਸੰਪਾਦਿਤ ਕੀਤੀਆਂ ਤੇ ਇਹਦੇ ਵਿੱਚ ਵੀ ਇਹਨਾਂ ਨੇ ਅੱਗੇ ਡਿਵਾਈਡ ਕੀਤੇ ਜੀ ਦੋ ਪਾਰਟ ਜਿਹਦੇ ਵਿੱਚ 바ਰ ਦੇ ਰੰਗ ਤੇ ਬਲ ਦੇ ਟਿੱਬੇ ਠੀਕ ਹੈ ਜੀ ਇਹਨਾਂ ਸਰਲੇਖ ਇਹ ਟ ਇਹਨਾਂ ਦੀਆਂ ਕਵਿਤਾਵਾਂ ਨੂੰ ਛਾਪਿਆ ਤੇ ਹੰਪਲ ਦੇ ਟਿੱਬੇ ਵੈਸੇ ਇੱਕ ਨਾਵਲ ਵੀ ਹੈ ਠੀਕ ਹੈ ਜੀ ਇਸ ਤੋਂ ਲਗਭਗ ਕਿਤੇ ਕਿਤੇ ਇਹ ਬਲਦੇ ਟਿੱਬੇ ਦੀ ਜਗ੍ਹਾ ਕੁਝ ਹੋਰ ਵੀ ਮਿਲਦਾ ਹੈ ਟਾਈਟਲ ਮੈਨੂੰ ਯਾਦ ਨਹੀਂ ਆ ਰਿਹਾ ਕੀ ਠੀਕ ਹੈ ਜੀ ਅੰਗਰੇਜ਼ੀ ਕਵਿਤਾਵਾਂ ਦਾ ਅਨੁਵਾਦ ਕਸੇਲ ਹਾਂਜੀ ਪ੍ਰੋਫੈਸਰ ਕਸੇਲ ਜੀ ਨੇ ਅੰਗਰੇਜ਼ੀ ਕਵਿਤਾਵਾਂ ਦਾ ਅਨੁਵਾਦ ਕੀਤਾ ਕੁਐਸਚਨ ਨੰਬਰ 57 ਪ੍ਰੋਫੈਸਰ ਪੂਰਨ ਸਿੰਘ ਦੀ ਮੌਤ ਕਦੋਂ ਹੋਈ ਆਪਸ਼ਨ A 31 ਮਾਰਚ 1932 B 31 ਮਾਰਚ 1935 C 31 ਮਾਰਚ 1931 D 31 ਮਾਰਚ 1937 ਕੁਐਸਚਨ ਨੰਬਰ 57 ਲਈ ਕਰੈਕਟ ਆਨਸਰ ਕਰੋ ਜੀ ਫਟਾਫਟ ਅਨਸਰ ਕਰੋ ਜੀ ਕੁਐਸਚਨ ਨੰਬਰ 57 ਦੇ ਲਈ 55ਵਾਂ ਦੇ ਲਈ ਆ ਰਿਹਾ ਜੀ ਸਭ ਦਾ ਸੀ ਆਪਸ਼ਨ 31 ਮਾਰਚ 1931 ਬਿਲਕੁਲ ਜੀ ਈਅਰ ਜਿੰਨਾ ਨੂੰ ਯਾਦ ਹੈ ਇੱਥੇ ਕਲੀਅਰ ਹੋ ਰਿਹਾ ਹੋਣਾ ਸੀ ਆਪਸ਼ਨ ਬਿਲਕੁਲ ਸਹੀ ਹੈ ਜੀ ਬਾਕੀ 31 ਮਾਰਚ ਸਿਰਫ ਤੁਹਾਡੇ ਮਾਈਂਡ ਵਿੱਚ ਫਿੱਟ ਕਰਨ ਦੇ ਲਈ ਸੇਮ ਰੱਖੀ ਗਈ ਹੈ ਸਭ ਦੇ ਵਿੱਚ ਠੀਕ ਹੈ ਜੀ 1931 ਜਿਹੜੇ ਵੀ ਅਨਸਰ ਸੀ ਕਰ ਰਹੇ ਨੇ ਕੁਐਸਚਨ ਨੰਬਰ 57 ਤੋਂ ਬਾਅਦ 58 ਬਲਵੱਧਿਆਂ ਪਰ ਦੇਖੋ ਜੀ ਮੋਤ ਜਿਹੜੀ ਹੈ ਦੇਰਾ ਦੂਨ ਚ ਹੋਈ ਪਹਿਲਾਂ ਵੀ ਸ਼ਾਇਦ ਕਿਸੇ ਨੇ ਅਨਸਰ ਕਰਿਆ ਸੀ ਜਦੋਂ ਕਿਸ ਬਿਮਾਰੀ ਕਰਕੇ ਪੁੱਛਿਆ ਸੀ ਅੱਗੇ ਕੁਝ ਇਨਫਰਮੇਸ਼ਨਲ ਕੁਐਸਚਨ ਆ ਸਿਰਫ ਇਨਫਰਮੇਸ਼ਨ ਹੀ ਹੈ ਕੁਐਸਚਨ ਨਹੀਂ ਕਹਾਵਾਂਗੇ ਇਸ ਨੂੰ ਠੀਕ ਹੈ ਜੀ ਇਹਨਾਂ ਨੂੰ ਚੰਗੀ ਤਰ੍ਹਾਂ ਦੇਖ ਲਓ ਜੀ ਸੋ ਹੋਰ ਜਿਹੜੀਆਂ ਮਹੱਤਵਪੂਰਨ ਰਚਨਾਵਾਂ ਨੇ ਉਹਨਾਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਦੀਆਂ ਜਿਹੜੀਆਂ ਹੋਰ ਮਹੱਤਵਪੂਰਨ ਰਚਨਾਵਾਂ ਨੇ ਜਿਹੜੀਆਂ ਕਿ ਯਾਦ ਰੱਖਣੀਆਂ ਜ਼ਰੂਰੀ ਹੈ ਪੁੱਛਿਆ ਜਾ ਸਕਦਾ ਕਿ ਇਹ ਕਵਿਤਾ ਕਿਸ ਦੀ ਹੈ ਇਹ ਰਚਨਾ ਕਿਸ ਦੀ ਹੈ ਇਹਦੇ ਵਿੱਚ ਨੇ ਜੀ ਇੱਕ ਜੰਗਲੀ ਫੁੱਲ ਕਰਦੀ ਗਹਿਲ ਚੰਗੀ ਪੰਜਾਬ ਨੂੰ ਕੂਕਾਂ ਮੈਂ ਮੇਰਾ ਟੁੱਟਾ ਜਿਹਾ ਗੀਤ ਹਲਵਾਉਣ ਵਾਲੇ ਦਰਿਆ ਕਿਨਾਰੇ ਜਵਾਨ ਪੰਜਾਬ ਦੇ ਇਸ ਤੋਂ ਇਲਾਵਾ ਅੱਗੇ ਨੇ ਜੀ ਪੂਰਨ ਨਾ ਜੋਗੀ ਸੋਣੀ ਦਾ ਬੁੱਤ ਚਨਾ ਦੀਆਂ ਲਹਿਰਾਂ ਗਰਾਂ ਦਾ ਮਿਹਨਤੀ ਬਲ ਸਵਾਣੀ ਜਿਸ ਨੂੰ ਰੱਬ ਪਿਆਰ ਕਰਦਾ ਇਹ ਸਾਰੀਆਂ ਮਹੱਤਵਪੂਰਨ ਕਵਿਤਾਵਾਂ ਨੇ ਇਹਨਾਂ ਨੂੰ ਜ਼ਰੂਰੀ ਯਾਦ ਰੱਖਣਾ ਅੱਗੇ ਜੀ ਜ਼ਰੂਰੀ ਅਨੁਵਾਦਿਤ ਰਚਨਾਵਾਂ ਨੇ ਜਿਨ੍ਹਾਂ ਨੂੰ ਇਹ ਜਿਆਦਾ ਤੋਂ ਬਹੁਤ ਹੀ ਜ਼ਰੂਰੀ ਹੈ ਪੁੱਛ ਜਾਂਦੀਆਂ ਨੇ ਮੋਸਟਲੀ ਕਿ ਕਿਹੜੀ ਅਨਵਾਦਿਤ ਰਚਨਾ ਕਿਸ ਦੀ ਹੈ ਜਾਂ ਕਿਸ ਦਾ ਅਨਵਾਦ ਕਿਹੜਾ ਹੈ ਠੀਕ ਹੈ ਜੀ ਜਿਵੇਂ ਕਿ ਤਾਲਸਟਾਈ ਜਾਂ ਟਾਲਸਟਾਈ ਲਿਖਿਆ ਮਿਲਦਾ ਜੀ ਦੀ ਰਚਨਾ ਰਿਜਰਕਸ਼ਨ ਇਸ ਦੀ ਜਿਹੜੀ ਅਨਵਾਦਿਤ ਰਚਨਾ ਹੈ ਉਹ ਹੈ ਜੀ ਮੋਇਆਂ ਦੀ ਜਾਗ ਉਸ ਤੋਂ ਬਾਅਦ ਹੈ ਜੀ ਕਾਰਲਸ ਦੀ ਰਚਨਾ ਹੀਰੋ ਐਂਡ ਹੀਰੋ ਵਰਸ਼ਿਪ ਇਸ ਦਾ ਜਿਹੜਾ ਅਨਵਾਦ ਹੈ ਜੀ ਕਲਾਤਾਰੀ ਤੇ ਕਲਾਤਾਰੀ ਪੂਜਾ ਇਸ ਦੇ ਅੰਦਰ ਕੀਤਾ ਤੇ ਐਮਰਸਨ ਦੀ ਰਚਨਾ ਹੈ ਜੀ ਐਸਏ ਆਫ ਦੀ ਪੋਇਟ ਠੀਕ ਹੈ ਜੀ ਐਸਏ ਆਫ ਦੀ ਪੋਇਟ ਦਾ ਜਿਹੜਾ ਅਨੁਵਾਦ ਕੀਤਾ ਉਹ ਕੀਤਾ ਜੀ ਅਬਚਲੀ ਜੋਤ ਦੇ ਨਾਂ ਤੇ ਠੀਕ ਹੈ ਜੀ ਉਸ ਤੋਂ ਬਾਅਦ ਇਹ ਆਪਾਂ ਕਰ ਹੀ ਚੁੱਕੇ ਹਾਂ ਨਰਗਿਸ ਭਾਈ ਵੀਰ ਸਿੰਘ ਜੀ ਦੀ ਕਵਿਤਾ ਦਾ ਅਨੁਵਾਦ ਕੀਤਾ ਰਚਨਾ ਦਾ ਅਨੁਵਾਦ ਕੀਤਾ ਹੋਰ ਅਨੁਵਾਦਿਤ ਜਿਹੜੀਆਂ ਰਚਨਾਵਾਂ ਨੇ ਉਹਨਾਂ ਦੇ ਵਿੱਚ ਚੁੱਪ ਚੁੱਪ ਪ੍ਰੀਤ ਇਹ ਨਾਵਲ ਜੀ ਉਸ ਤੋਂ ਇਲਾਵਾ ਬਾਹਣੇ ਬੂਟੇ ਸੋਹਣੀ ਮੋਲਸ ਇਸ ਸਾਰੀਆਂ ਅਨੁਵਾਦਿਤ ਹੈ ਜੀ ਇਸ ਤੋਂ ਬਾਅਦ ਜਿਹੜੀਆਂ ਜ਼ਰੂਰੀ ਰੱਖਣ ਵਾਲੀਆਂ ਯਾਦ ਰੱਖਣ ਵਾਲੀਆਂ ਰਚਨਾਵਾਂ ਨੇ ਉਹਨੇ ਹਿੰਦੀ ਨੇ ਰਚਨਾਵਾਂ ਮਿਹਦੂਰੀ ਔਰ ਪ੍ਰੇਮ ਫਾਲਟ ਵਿਟਮਨ ਕੰਨਿਆਦਾਨ ਕੰਨਿਆਦਾਨ ਜ਼ਰੂਰੀ ਯਾਦ ਰੱਖੋ ਜੀ ਕਾਫੀ ਪੁੱਛੀ ਜਾਂਦੀ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਨੈਣੋ ਕੀ ਗੰਗਾ ਪਵਿੱਤਰਤਾ ਸੱਚੀ ਵੀਰਤਾ ਆਚਰਨ ਕੀ ਸਭਿਅਤਾ ਓਕੇ ਜੀ ਇਸ ਤੋਂ ਬਾਅਦ ਕੁਝ ਹੋਰ ਜਿਹੜੀਆਂ ਜ਼ਰੂਰੀ ਰਚਨਾਵਾਂ ਨੇ ਅੰਗਰੇਜ਼ੀ ਦੀਆਂ ਹਾਂਜੀ ਪਹਿਲਾਂ ਤੋਂ ਪ੍ਰਭਾਵਿਤ ਕਰਨ ਵਾਲੇ ਲੇਖਕ ਜ਼ਰੂਰ ਨੋਟ ਕਰ ਲਓ ਜੀ ਕਿ ਇਹਨਾਂ ਦਾ ਪ੍ਰਭਾਵ ਇਹਨਾਂ ਤੇ ਕਿਸ ਕਿਸੇ ਦਾ ਪ੍ਰਭਾਵ ਪਿਆ ਜਿੰਨਾਂ ਵਿੱਚ ਵਾਲਟ ਵਿਟਮਨ ਸਭ ਤੋਂ ਮਹੱਤਵਪੂਰਨ ਹੈ ਜੀ ਟੋਸਟੋਏ ਕਰਲਾਈਲ ਐਮਰਸਨ ਪੀਬੀ ਸ਼ੈਲੀ ਰਸਕਿਨ ਥੋਰੋ ਗੇਟੇ ਇਹ ਸਭ ਦਾ ਪ੍ਰਭਾਵ ਇਹਨਾਂ ਤੇ ਪਿਆ ਜੀ ਵਾਲਟ ਵਿਟਮਨ ਨਾ ਭੁੱਲਿਓ ਜੀ ਜ਼ਰੂਰ ਇਹਨਾਂ ਨੂੰ ਯਾਦ ਰੱਖਿਓ ਕੁਐਸਚਨ ਨੰਬਰ ਕਵੈਸਚਨ ਨੰਬਰ 10 ਜੀ ਇਨਫੋਰਮੇਸ਼ਨ ਹੀ ਹੈ ਸੋ ਅੰਗਰੇਜ਼ੀ ਦੀਆਂ ਚਨਾਵਾਂ ਦੇ ਵਿੱਚ ਜ਼ਰੂਰੀ ਯਾਦ ਰੱਖ ਲੈਣਾ ਕੁਝ ਇੰਪੋਰਟੈਂਟ ਜਿਨ੍ਹਾਂ ਦੇ ਵਿੱਚ ਹੈ ਜੀ ਦ ਸਿਸਟਰ ਆਫ ਸਪ੍ਰਿੰਗ व्हील्स ਹਨਸਟਡ ਅ ਅਨਸਟੰਗ ਬੀਡਸ ਦ ਸਿਪਟੇਟ ਆਫ ओरिएंटਲ ਪੋਇਟਰੀ ਦ ਬੁੱਕ ਆਫ 10 ਮਾਸਟਰ ਦ ਲਾਈਫ ਆਫ ਸੁਵਮੀ ਰਾਮਤੀਰਥ ਦ ਵੌਇਸ ਆਫ ਵਿੰਡਸ ਐਂਡ ਵਾਟਰਸ ਗੁਰੂ ਨਾਨਕ ਰਬ ਮਾਈ ਬਾਬਾ ਗੁਰੂ ਗੋਬਿੰਦ ਸਿੰਘ ਤੇ ਆਨ ਪਾਥ ਆਫ ਲਾਈਫ ਸਭ ਤੋਂ ਮਹੱਤਵਪੂਰਨ ਹੈ ਜੀ ਇਸ ਨੂੰ ਜ਼ਰੂਰ ਯਾਦ ਰੱਖਣਾ ਜੀ ਠੀਕ ਹੈ ਜੀ ਇਹ ਵੀ ਅਨੁਵਾਦਿਤ ਰਚਨਾ ਹੈ ਉੱਪਰ ਲਿਖਣਾ ਭੁੱਲ ਗਏ ਸੋ ਜਿਹੜੇ ਵੀ ਲਾਈਵ ਨੇ ਜਿਨ੍ਹਾਂ ਨੇ ਵੀ ਸਹਿਯੋਗ ਕੀਤਾ ਹੈ ਲਾਈਕ ਐਂਡ ਸ਼ੇਅਰ ਕਰਦੇ ਜਾਣਾ ਜੀ ਜਾਂਦੇ ਜਾਂਦੇ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਥੈਂਕ ਯੂ so much ਮੈਂ ਤੁਹਾਨੂੰ 35 ਤੋਂ 40 ਮਿੰਟ ਦਾ ਕਿਹਾ ਸੀ ਕਿ ਲਗਭਗ ਇੰਨੇ ਟਾਈਮ 'ਚ ਆਪਾਂ ਕਵਰ ਕਰ ਦਿਆਂਗੇ ਥੈਂਕ ਯੂ ਸੋ ਮਚ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਥੱਕ ਗਏ ਜੀ ਕੋਈ ਗੱਲ ਨਹੀਂ ਜੀ ਕੱਲ ਨੂੰ ਜੀ ਜਿਹੜਾ ਆਪਣਾ ਇਸ ਤੋਂ ਪਹਿਲਾਂ ਵਾਲਾ ਕ ਵੀ ਇੱਕ ਮਿਸ ਹੋ ਗਿਆ ਜੀ ਆ ਕੀ ਨਾਂ ਸੀ ਆਪਣਾ ਧਨੀ ਰਾਮ ਚੌਤਰੀਕ ਧਨੀ ਰਾਮ ਚੌਤਰੀਕ ਜ਼ਰੂਰ ਯਾਦ ਕਰ ਲੈਣਾ ਜੀ ਠੀਕ ਹੈ ਜੀ ਇੱਕ ਰੀਡਿੰਗ ਕਰ ਲੈਣਾ ਚਾਹੀਏ ਪ੍ਰੀਵਿਅਸ ਵੀਡੀਓ ਦੇਖਣੀ ਹੈ ਤਾਂ ਉਹ ਵੀ ਦੇਖ ਲੈਣਾ ਜੀ ਆਪਣੀ ਕਲਾਸ ਆਲਰੇਡੀ ਪਈ ਹੋਈ ਆ ਅ ਅਦੋਨਿਕਾ ਉਹ ਜਿਹੜਾ ਪੁਰਾਣੀ ਸੀਰੀਜ਼ ਉਹਦੇ ਵਿੱਚੋਂ ਦੇਖ ਸਕਦੇ ਹੋ ਤਾਂ ਕਿ ਹੋਰ ਜਿਆਦਾ ਬੈਟਰ ਤਿਆਰੀ ਹੋ ਜਾਵੇ ਜੀ ਆਲਰੇਡੀ ਪਿੰਨ ਕੀਤਾ ਹੋਇਆ ਕੱਲ ਦੀ ਕਲਾਸ ਪਾਈ ਵੀਰ ਸਿੰਘ ਉਸ ਕਲਾਸ ਦੇ ਹੇਠਾਂ ਜਿਹੜਾ ਆਪਣਾ WhatsApp ਦਾ ਲਿੰਕ ਪੁੱਛ ਰਿਹਾ ਠੀਕ ਹੈ ਜੀ ਉੱਥੋਂ ਤੁਸੀਂ ਜ਼ਰੂਰ ਕਰੋ ਜੀ ਦੇਖੋ ਇੰਨੀ ਵੀ ਫਾਸਟ ਨਹੀਂ ਸੀ 60 ਕੁਐਸਚਨ 30 ਮਿੰਟ ਆਈ ਥਿੰਕ ਠੀਕ ਹੈ ਜੀ ਥੈਂਕ ਯੂ ਸੋ ਮਚ ਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ 3 ਡ੍ਰੀਮ ਲਾਈਕ ਐਂਡ ਸ਼ੇਅਰ ਕਰਦੇ ਰਹੋ ਕਰ ਦਿਓ ਜੀ ਸ਼ੇਅਰ ਕਲਾਸ ਨੂੰ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਥੈਂਕ ਯੂ ਸੋ ਮੱਚ ਬਾਏ ਬਾਏ ਐਂਡ ਟੇਕ ਕੇਅਰ ਗੁੱਡ ਨਾਈਟ ਜੀ